ਬਾਹਰ ਲਿਖਿਆ ਸੀ ਤਬਦੀਸ਼ੀ ਰੂਮ, ਉਹਦੇ ਵਿੱਚ ਭਾਈ ਗੁਰਦੇਵ ਸਿੰਘ ਨਗਨ ਹਾਲਤ ਦੇ ਵਿੱਚ ਨਿਰਵਸਤਰ। ਇੱਕ ਦਿਨ ਤਾਂ ਮੈਂ ਇੱਥੋਂ ਤੱਕ ਵੀ ਦੇਖਿਆ, ਉਹਨਾਂ ਦੀਆਂ ਪਿੱਛੇ ਬਾਹਾਂ ਬੰਨੀਆਂ ਹੋਈਆਂ ਸੀਗੀਆਂ, ਇੱਕ ਬੰਦੇ ਦੇ ਕੇਸ ਫੜੇ ਹੋਏ ਸੀਗੇ, ਦੋ ਬੰਦੇ ਲੱਤਾਂ ਚੌੜੀਆਂ ਕਰਦੇ ਸੀਗੇ, ਚੱਡੇ ਪਾਰ 'ਤੇ ਉਹਨਾਂ ਨੇ 180 ਡਿਗਰੀ 'ਤੇ ਕੀਤੇ ਹੋਣੇ ਆ, ਭਾਵੇਂ ਬੇਸੁੱਤ ਪਏ ਸੀਗੇ, ਉਹਨਾਂ ਦੇ ਚੱਡਿਆਂ ਦੇ ਵਿੱਚ ਠੁੱਡੇ ਮਾਰੇ। ਸਵਰਨ ਸਿੰਘ ਘੋੜੇ ਨੇ ਐਡਾ ਨਰਦਈ ਬੁੱਚੜ ਬੰਦਾ ਸੀ ਉਹ, ਉਹਨਾਂ ਦੇ ਬਲੱਡ ਚੱਲ ਪਿਆ, ਖੂਨ ਨਿਕਲਣ ਲੱਗ ਗਿਆ। ਭਾਈ ਸਾਹਿਬ ਦੀ ਇੱਕ ਅੱਖ ਨਿਕਲੀ ਵੀ ਸੀਗੀ, ਐਂ ਨੀਲੇ ਹੋਏ ਪਏ ਸੀਗੇ, ਸਰਦੀ ਰੁੱਤ ਸੀ, ਉੱਤੇ ਕੋਈ ਕੱਪੜਾ ਨਹੀਂ ਸੀਗਾ, ਉਹ ਵੀ ਲਾਹਤਾ, ਇੱਕ ਚੋਲਾ ਚੋਲਾ ਪਾਇਆ ਹੋਇਆ ਸੀ। ਕਹਿੰਦੇ ਸਿਦਮਾ ਬੇਟ ਠਾਣੇ ਦੇ ਵਿੱਚ ਕਮਰਾ ਨੰਬਰ 2 'ਚ ਉਹਨਾਂ ਨੂੰ ਕੱਟਿਆ ਗਿਆ, ਅੰਗ ਅੰਗ ਵੱਢਿਆ ਗਿਆ ਉਹਨਾਂ ਦਾ, ਫਿਰ ਇਹ ਦਰਿਆ ਦੇ ਵਿੱਚ ਸਿੱਟੇ ਗਏ ਨੇ। ਭਿੰਡਰਾਂ ਵਾਲੇ ਦੇ ਬਾਅਦ ਸਮਝ ਲਓ ਆਪਾਂ, ਅਕਾਲੀ ਫੂਲਾ ਸਿੰਘ ਦੇ ਬਾਅਦ ਸਮਝ ਲਓ, ਅਤੇ ਪੁੱਤ ਤਾਂ ਉਹ ਦਸ਼ਮੇਸ਼ ਪਿਤਾ ਦਾ ਹੈ ਹੀ ਸੀ, ਕਪਾਹ ਵਾਂਗੂ ਝੰਬਿਆ ਹੋਇਆ ਬੰਦਾ, ਚੱਡੇ ਪਾੜੇ ਹੋਣ, ਨੀਲਾ ਹੋਇਆ ਹੋਇਆ ਹੋਵੇ, ਲੱਤਾਂ ਤੋੜੀਆਂ ਹੋਣ, ਉਹ ਭੱਜ ਕਿਵੇਂ ਸਕਦਾ? ਕੋਈ ਹੈ ਜਵਾਬ ਕਿਸੇ ਕੋਲ ਇਹਨਾਂ ਗੱਲਾਂ ਦਾ? ਕਦੇ ਤੁਹਾਨੂੰ ਅਜੀਬ ਜਿਹੀ ਗੱਲ ਨਹੀਂ ਲੱਗਦੀ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਕੌਂਕੇ ਸਾਹਿਬ ਦਮਦਮੀ ਟਕਸਾਲ ਦੇ ਜਿਹੜਾ ਵਿਦਿਆਰਥੀ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਤੇ ਦਮਦਮੀ ਟਕਸਾਲ ਦੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਹੁਤ ਵੱਡੀ ਭੂਮਿਕਾ ਹੋਣੀ ਚਾਹੀਦੀ ਸੀ ਜਥੇਦਾਰ ਸਾਹਿਬ ਦੇ ਇਨਸਾਫ ਵਾਸਤੇ? ਇਹ ਸਵਰਨ ਸਿੰਘ ਨੂੰ ਦਬਕਾ ਮਾਰ ਦਿੰਦਾ ਨਾ ਪ੍ਰਕਾਸ਼ ਸਿੰਘ ਬਾਦਲ, ਅਤੇ ਸਵਰਨ ਸਿੰਘ ਦੀ ਕੀ ਹੈਸੀਅਤ ਸੀ ਵੀ ਉਹਨੂੰ ਮਾਰ ਜਾਂਦਾ ਉਹ? ਉਹ ਕਹਿੰਦੇ ਜਥੇਦਾਰ ਨੂੰ 50,000 ਰੁਪਈਆ ਦਿੱਤਾ ਘੂਣੇ ਦੇ ਪਰਿਵਾਰ ਨੇ, ਸ਼੍ਰੋਮਣੀ ਕਮੇਟੀ ਨੇ, ਭਾਈ ਬਟਾਲਾ ਜੀ ਹੈ ਕਿ ਕੀਰਤਨੀਆ, ਉਹਨੂੰ ਹੁਕਮ ਦਿੱਤਾ ਵੀ ਤੂੰ ਜਾ ਕੇ ਸਵਰਨ ਸਿੰਘ ਘੂਣੇ ਦੇ ਪਾੜ ਦੇ ਉੱਤੇ ਕੀਰਤਨ ਕਰਕੇ ਆ, ਕੌਮਲਾ ਜਥੇਦਾਰੀ 50,000 'ਚ ਬਹਿ ਗਿਆ ਇੱਕ ਕਾਤਲ ਜਥੇਦਾਰ ਦੇ ਕਾਤਲ ਦੇ ਪਿੱਛੇ, ਅਤੇ ਫਿਰ ਸਾਡੀ ਕੌਮ ਦਾ ਕੀ ਬਣਨਾ? ਪ੍ਰਾਈਮ ਟਾਈਮਸ ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾ। ਜਦੋਂ ਖਾੜਕੂਵਾਦ ਦਾ ਸੰਘਰਸ਼ ਚੱਲਦਾ ਸੀ ਅਤੇ ਸੰਘਰਸ਼ ਦੇ ਦਰਮਿਆਨ ਉਹ ਅਨੇਕਾਂ ਨੌਜਵਾਨ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਜਾਂਦਾ ਹੈ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਂਕੇ ਨੂੰ ਵੀ ਘਰ ਦੇ ਵਿੱਚੋਂ ਚੱਕ ਕੇ ਉਹਨਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰਿਆ ਗਿਆ, ਅਤੇ ਅਜਿਹੀ ਪੂਰੀ ਦਾਸਤਾਨ ਕੀ ਵਾਪਰੀ, ਕਿਸ ਤਰੀਕੇ ਦੇ ਨਾਲ ਤਸ਼ੱਦਦ ਹੋਇਆ, ਅਤੇ ਜਿਹੜੀ ਪੂਰੀ ਗੱਲਬਾਤ ਅਸੀਂ ਇਸ ਵਕਤ ਜਾਣਨ ਦਾ ਯਤਨ ਕਰਾਂਗੇ, ਤਾਂ ਉਸ ਵਕਤ ਦੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਪੂਰਾ ਬਿਰਤਾਂਤ ਦੇਖਿਆ, ਅਤੇ ਮੇਰੇ ਕਹਿਣ ਤੋਂ ਮੁਰਾਦ ਭਾਈ ਦਰਸ਼ਨ ਸਿੰਘ ਹਠੂਰ ਨੇ, ਉਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਕਿ ਕੁਝ ਉਸ ਵੇਲੇ ਵਾਪਰਿਆ, ਉਸ ਤੋਂ ਬਾਅਦ ਜਿਹੜਾ ਸੀ ਇਨਸਾਫ ਅਜੇ ਤੱਕ ਕਿੰਨਾ ਕੁ ਮਿਲਦਾ ਨਜ਼ਰ ਆਉਂਦਾ ਹੈ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ, ਆਇਆਂ ਨੂੰ ਤੁਸੀਂ ਮੇਰੇ ਘਰ ਪਹੁੰਚੇ ਹੋ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਦੋਂ ਅਸੀਂ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਂਕੇ ਦਾ ਜ਼ਿਕਰ ਕਰਦੇ ਹਾਂ ਤਾਂ ਉਹਨਾਂ ਦੀ ਇੱਕ ਵੱਖਰੀ ਸ਼ਖਸੀਅਤ ਮੰਨੀ ਜਾਂਦੀ ਹੈ, ਬਲਕਿ ਇਲਾਕੇ ਦੇ ਵਿੱਚ ਨਹੀਂ ਬਲਕਿ ਸਿੱਖ ਕੌਮ ਦੇ ਵਿੱਚ ਵੀ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਸੱਚਮੁੱਚ ਗਿਆਨੀ ਗੁਰਦੇਵ ਸਿੰਘ ਕੌਂਕੇ ਜਿਹੜੇ ਸੀ ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਸੀਗੇ? ਉਹ ਜੀ ਸਾਡੇ ਇਲਾਕੇ ਦਾ ਇੱਕ ਮਾਣ ਸੀ, ਉਹ ਵਡਬੋਲੀ ਸ਼ਖਸੀਅਤ ਸੀ, ਕਹਿਣੀ ਅਤੇ ਕਰਨੀ ਦੇ ਇੱਕ ਸੱਚੇ ਅਤੇ ਸੁੱਚੇ ਯੋਧੇ ਸਨ। ਉਹਨਾਂ ਦੇ ਘਰ ਜਿਹੜੀਆਂ ਆਮ ਧੀਆਂ ਭੈਣਾਂ ਕਿਸੇ ਦੀਆਂ ਛਿੜਾਈਆਂ ਹੁੰਦੀਆਂ ਸੀ, ਕਚਹਿਰੀ ਲੱਗਦੀ ਸੀ, ਉਹ ਇਨਸਾਫ ਕਰਦੇ ਸੀ ਉੱਤੇ ਬਹਿ ਕੇ। ਉਹ ਲੋਕਾਂ ਦੀਆਂ ਧੀਆਂ ਨੂੰ ਆਪੋ ਆਪਣੇ ਘਰੀਂ ਤੋੜਦੇ ਸੀ, ਕਿਸੇ ਨੂੰ ਵੜਿਆ ਕੇ, ਕਿਸੇ ਨੂੰ ਥੋੜ੍ਹਾ ਜਿਹਾ ਰੋਹਬ ਦੇ ਕੇ ਵੀ ਮੁੰਡੇ ਵਾਲਿਆਂ ਨੂੰ, ਅਤੇ ਉਹ ਤੋੜਦੇ ਸੀਗੇ। ਇਹਨਾਂ ਗੱਲਾਂ ਦਾ ਖਾਸਾ ਹੀ ਜਿਹੜੇ ਦੂਜੇ ਵਿਰੋਧੀ ਪਾਰਟੀਆਂ ਵਾਲੇ ਸੀ ਉਹਨਾਂ ਨੂੰ ਇਹ ਮਤਲਬ ਚੰਗਾ ਨਹੀਂ ਲੱਗਦਾ ਸੀਗਾ, ਚੰਗਾ ਨਾ ਲੱਗਣ ਕਰਕੇ ਇਹ ਫਿਰ ਉਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਇਹ, ਜਥੇਦਾਰ ਹੋਣ ਦੇ ਨਾਤੇ ਇਹ ਦੁਨੀਆਂ 'ਚ ਵਿਚਰਦੇ ਸੀਗੇ, ਲੋਕਾਂ ਦਾ ਦੁੱਖ ਸੁਣਦੇ ਸੀ,
ਅਤੇ ਇਹ ਇੱਥੇ 92 ਜਾਂ ਉਸ ਤੋਂ ਪਹਿਲਾਂ ਕੋਈ ਕਤਲ ਹੋਇਆ ਸੀ ਪਿੰਡ ਕੌਂਕੇ ਦੇ ਵਿੱਚ, ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨਾਂ ਦੇ ਉੱਤੇ ਸਿੱਟੀ ਗਈ ਸੀ ਵੀ ਕੌਂਕੇ ਕਤਲ ਕੇਸ ਜਿਹੜਾ ਹੋਇਆ ਨਾ ਇਹ ਕੌਂਕੇ ਦੇ ਵਿੱਚ ਕਿਸੇ ਬੰਦੇ ਦਾ, ਉਹ ਗੁਰਦੇਵ ਸਿੰਘ ਕੌਂਕੇ ਨੇ ਕਰਵਾਇਆ। ਇੱਕ ਤਾਂ ਅਡਰੀ ਸ਼ਖਸੀਅਤ ਸੀ, ਬਹੁਤ ਇਮਾਨਦਾਰ ਦਰਵੇਸ਼ ਬੰਦਾ ਸੀ, ਬਾਣੀ ਦੇ ਬਾਣੀ ਦੇ ਵਿੱਚ ਪਰਪੱਕ ਸੀ। ਦੂਜਾ ਸਵਰਨ ਸਿੰਘ ਘੋਟਨੇ ਦੀ ਬਦਲੀ ਹੋ ਰਹੀ ਸੀ SSP, ਇਹਨੇ ਸੋਚਿਆ ਵੀ ਕਿਉਂ ਨਾ ਮੈਂ ਭਾਈ ਗੁਰਦੇਵ ਸਿੰਘ ਨੂੰ ਖਤਮ ਕਰ ਦਿਆਂ ਅਤੇ ਮੇਰੀ ਬਦਲੀ ਰੁਕ ਜਾਵੇ। ਜਥੇਦਾਰ ਸਾਹਿਬ ਬਾਰੇ ਵੀ ਕਿਹਾ ਜਾਂਦਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜਾ ਸੀ ਉਸ ਵਕਤ ਖਾੜਕੂਵਾਦ ਦੇ ਨਾਲ ਸੰਬੰਧਿਤ ਜਿਹੜੀਆਂ ਵੱਡੀਆਂ ਧਿਰਾਂ ਸੀ ਉਹਨਾਂ ਨੂੰ ਸਪੋਰਟ ਕਰਦੇ ਸੀ। ਨਹੀਂ ਦੇਖੋ, ਇਹ ਮੇਰੀ ਸਮਝ ਤੋਂ ਉੱਪਰ ਹੀ ਗੱਲ ਸੀ, ਪਰ ਇੱਕ ਜਥੇਦਾਰ ਹੋਣ ਦੇ ਨਾਤੇ ਕੋਈ ਨਾ ਕੋਈ ਖਾੜਕੂ ਤਾਂ ਮਿਲਦਾ ਰਿਹਾ ਹੋਊਗਾ, ਇਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਮੁੰਡੇ ਆਉਂਦੇ ਜਾਂਦੇ ਹੋਣਗੇ, ਕਹਿ ਨਹੀਂ ਸਕਦੇ ਵੀ ਨਹੀਂ ਆਉਂਦੇ ਜਾਂਦੇ ਹੋਣਗੇ, ਕਿਉਂਕਿ ਸਾਡੇ ਇਲਾਕੇ ਦੀ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ। ਤੁਹਾਡੀ ਉਮਰ ਉਸ ਵੇਲੇ ਕਿੰਨੀ ਕੁ ਸੀਗੀ? ਮੇਰੀ ਉਮਰ 42 ਸਾਲ ਦੀ ਸੀ ਉਸ ਤਰ੍ਹਾਂ। ਅਤੇ ਤੁਸੀਂ ਪੰਜਾਬ ਪੁਲਿਸ 'ਚ ਨੌਕਰੀ ਕਰਦੇ ਸੀ? ਪਹਿਲਾਂ ਮੈਂ ਆਰਮੀ ਵਿੱਚ ਸਰਵਿਸ ਕੀਤੀ ਆ। ਆਰਮੀ ਤੋਂ ਬਾਅਦ 16-17 ਕਰਨ ਤੋਂ ਬਾਅਦ ਇਹਨਾਂ ਨੇ 1992-91 ਦੇ ਵਿੱਚ, ਜਦੋਂ ਜਗਾਉਂ ਜ਼ਿਲ੍ਹੇ ਦੇ ਵਿੱਚ ਖਾੜਕੂਵਾਂ ਦਾ ਜ਼ਿਆਦਾ ਜ਼ੋਰ ਸੀ, ਸਾਡੇ ਇਲਾਕੇ ਦੇ ਸ਼ੇਖੂਪੁਰੀਆ ਮਸ਼ਹੂਰ ਹੁੰਦਾ ਸੀ ਖਾੜਕੂ ਇੱਕ, ਅਤੇ ਉਹ ਸੀ, ਕਈ ਹੋਰ ਵੀ ਸੀਗੇ, ਉਹਨਾਂ ਦਾ ਕਰਕੇ ਕਾਫੀ ਦਬਦਬਾ ਸੀ ਉਹਨਾਂ ਦਾ ਸਾਡੇ ਜਗਾਉਂ ਇਲਾਕੇ ਦੇ ਵਿੱਚ। ਇੱਕ ਬਾਬਾ ਹੁੰਦਾ ਸੀਗਾ, ਉਹ ਵੀ ਕਾਫੀ ਸਰਕਟ ਹੁੰਦਾ ਸੀ ਖਾੜਕੂ। ਉਸ ਤੋਂ ਬਾਅਦ ਇਹਨੇ ਸੋਚਿਆ ਵੀ ਕਿਉਂ ਨਾ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਨੇ ਬੇਅੰਤ ਸਰਕਾਰ ਨੇ, ਵੀ ਉਹਨਾਂ ਨੂੰ ਭਰਤੀ ਕੀਤਾ ਜਾਵੇ, ਵੀ ਇੱਕ ਤਾਂ ਉਹ ਟ੍ਰੇਨਡ ਬੰਦੇ ਨੇ, ਸਾਨੂੰ ਟ੍ਰੇਨਡ ਬੰਦੇ ਚਾਹੀਦੇ ਨੇ, ਨਵੀਂ ਭਰਤੀ ਕਰਾਂਗੇ ਤਾਂ ਇੱਕ ਸਾਲ ਸਿਪਾਹੀ ਬਣਨ 'ਤੇ ਲੱਗ ਜਾਂਦਾ, ਇੱਕ ਸਾਲ ਦੀ ਟ੍ਰੇਨਿੰਗ ਹੁੰਦੀ ਆ ਉਹਨਾਂ ਦੀ। ਚਲੋ, ਸਾਨੂੰ ਭਰਤੀ ਕਰ ਲਿਆ ਉਹਨਾਂ ਨੇ। ਇਹ 92 ਦੇ ਵਿੱਚ 15-20 ਤਰੀਕ ਨੂੰ ਇੰਸਪੈਕਟਰ ਗੁਰਮੀਤ ਸਿੰਘ ਭਾਈ ਸਾਹਿਬ ਦੇ ਘਰ ਗਿਆ, ਉੱਥੋਂ ਉਹਨਾਂ ਨੂੰ ਪਤਾ ਲੱਗਿਆ ਉਹ ਤਾਂ ਗੁਰਦੁਆਰਾ ਸਾਹਿਬ ਗਏ ਹੋਏ ਨੇ। ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 4 ਵਜੇ ਤੋਂ ਪਹਿਲਾਂ ਜਾਂਦੇ ਸੀ, ਉੱਥੇ ਕਥਾ ਕਰਦੇ ਸੀ ਅਤੇ ਆਪਣਾ ਨਿਤਨੇਮ ਕਰਦੇ ਸੀ। ਇਹਨਾਂ ਨੇ ਚਿੱਠ ਭੇਜਤੀ ਗੁਰਮੀਤ ਸਿੰਘ ਨੇ, ਉਹਨਾਂ ਨੇ ਉੱਥੇ ਬੈਠਿਆ ਜਵਾਬ ਦਿੱਤਾ ਭਾਈ ਅਸੀਂ ਕਥਾ ਕਰ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਕਰਾਂਗੇ, ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਚੱਲਾਂਗੇ। ਇਹ 20 ਦਸੰਬਰ 1992 ਦੀ ਗੱਲ ਆ? ਨਾ, ਪਹਿਲਾਂ ਹਾਂ 20 ਦਸੰਬਰ 1992 ਦੀ ਗੱਲ ਆ ਅਸਲ। ਚਲੋ, ਇਹ ਘਰ ਆ ਗਏ, ਭਾਈ ਸਾਹਿਬ ਨੇ ਇਸ਼ਨਾਨ ਕੀਤਾ, ਪ੍ਰਸ਼ਾਦਾ ਛਕਿਆ, ਵਸਤਰ ਬਦਲੀ ਕੀਤੇ, ਪੂਰੇ ਤਕਰੀਬਨ 100-200 ਬੰਦਾ ਹੈ ਸੰਗਤ ਦੇ ਰੂਪ ਹੈ ਜਿਹੜਾ ਗੁਰਦੁਆਰੇ ਸਾਹਿਬ ਤੋਂ ਚੱਲ ਕੇ ਆਇਆ ਸੀ ਇਹਨਾਂ ਦੇ ਨਾਲ, ਉਹ ਘਰ ਆ ਗਏ। ਉਹਨਾਂ ਦੇ ਸਾਹਮਣੇ ਗੁਰਮੀਤ ਸਿੰਘ ਲੈ ਕੇ ਆਇਆ ਜੀਪ 'ਚ ਬਹਾ ਕੇ। ਅੱਛਾ, ਉਦੋਂ ਪਹਿਲਾਂ ਜਿਹੜੀ ਇਹ 15-20 ਤਰੀਕ ਦੀ ਗੱਲ ਆ, ਇਹਨਾਂ ਦੇ ਦੋਹਤੇ ਦੀ ਡੈਥ ਹੋ ਗਈ ਸੀ ਭਾਈ ਗੁਰਦੇਵ ਸਿੰਘ ਕੌਂਕੇ ਦੇ, 99 ਬੱਚਾ ਸੀ ਸਮਝੋ ਜੀ, ਉਦੋਂ ਇਹਨਾਂ ਨੂੰ ਛੱਡ ਦਿੱਤਾ ਗਿਆ ਸੀ, 2-4 ਘੰਟੇ ਰੱਖ ਕੇ ਨਾ ਇਹਨੂੰ ਛੱਡ ਦਿੱਤਾ ਗਿਆ। ਦੁਬਾਰਾ ਫਿਰ ਇਹਨਾਂ ਨੂੰ 25 ਦਸੰਬਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਕੌਂਕੇ ਵਿੱਚ ਪਿੰਡ ਦੇ ਵਿੱਚ, ਉੱਥੋਂ ਚਿੱਟ ਭੇਜਤੀ, ਭਾਈ ਸਾਹਿਬ ਘਰ ਆ ਗਏ। ਉਦੋਂ 100-200 ਬੰਦਾ ਜਿਹੜਾ ਸੰਗਤ ਰੂਪ ਸੀਗਾ ਉਹ ਨਾਲ ਹੀ ਘਰ ਆ ਗਏ ਇਹਨਾਂ ਦੇ, ਜਥੇਦਾਰ ਸਾਹਿਬ ਦੇ, ਜਥੇਦਾਰ ਸਾਹਿਬ ਦੇ। ਉੱਥੇ ਆ ਕੇ ਇਹਨਾਂ ਨੇ ਇਸ਼ਨਾਨ ਪਾਣੀ ਕੀਤਾ, ਵਸਤਰ ਬਲੀ ਕੀਤੇ, ਪ੍ਰਸ਼ਾਦਾ ਛਕਿਆ। ਕਹਿੰਦੇ ਵੀ ਇਹਨਾਂ ਨੇ ਉਸ ਟਾਈਮ ਘਰੇ ਕਹਿ ਦਿੱਤਾ ਸੀਗਾ ਵੀ ਪੁਲਿਸ ਹੁਣ ਆਪਣਾ ਕੰਮ ਕਰਕੇ ਰਹੂਗੀ, ਠੀਕ ਹੈ ਨਾ। ਇਹ ਜਦੋਂ ਮੈਂ ਕੌਂਕੇ ਪਿੰਡ ਦੇ ਵਿੱਚ ਗਿਆ, ਮੈਨੂੰ ਬਹੁਤ ਲੋਕਾਂ ਨੇ ਘੇਰ ਕੇ ਇਹ ਗੱਲਾਂ ਦੱਸੀਆਂ ਨੇ ਉੱਤੇ, ਜਦੋਂ ਮਤਲਬ ਕਿ ਮੈਂ ਸਕਿਉਰਟੀ ਮੇਰੇ ਸਭ ਕੁਛ ਹੋ ਗਿਆ ਜੀ। ਸੋ ਫਿਰ 25 ਤਰੀਕ ਨੂੰ ਜਦੋਂ ਚੱਕ ਲਿਆਂਦਾ ਤਾਂ ਸਵਰਨ ਸਿੰਘ ਘੋਟਨਾ ਇਹਨੂੰ ਕਹਿੰਦਾ ਗੁਰਮੀਤ ਸਿੰਘ ਨੂੰ ਵੀ ਇਹਨੂੰ CA ਸਟਾਫ ਦੇ ਵਿੱਚ ਛੱਡਿਆ। ਜਿਹੜਾ ਚੱਕਣ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਪਹਿਲਾਂ ਕਤਲ ਹੋਇਆ ਉਹ ਉਸੇ ਦੇ ਸੰਬੰਧ ਵਿੱਚ ਬਹਾਨਾ ਬਣਾ ਕੇ ਉਹ
ਚੱਕਿਆ ਗਿਆ। ਇੱਕ ਇਹ ਸਵਰਨ ਸਿੰਘ ਕਹਿੰਦਾ ਸੀ ਵੀ ਇਹਦੇ ਕੋਲ ਨਜਾਇਜ਼ ਅਸਲਾ ਭਾਈ ਗੁਰਦੇਵ ਸਿੰਘ ਕੌਂਕੇ ਕੋਲ ਵੀ ਬੈਗ ਭਰਿਆ ਵਿਆ ਅਸਲੇ ਦਾ ਇਹਦੇ ਕੋਲ, ਇੱਕ ਤਾਂ ਆਪਾਂ ਉਹ ਬਰਾਮਦ ਕਰਾਉਣਾ, ਦੂਜਾ ਸਵਰਨ ਸਿੰਘ ਦੀ ਬਦਲੀ ਹੋ ਚੁੱਕੀ ਸੀ ਜਗਰਾਉਂ ਤੋਂ, ਇਹ ਆਪਦੀ ਬਦਲੀ ਰਕਵਾਉਣਾ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਹਾਲਤ ਦੇ ਵਿੱਚ। ਚਲੋ ਮੈਨੂੰ ਕੁਦਰਤੀ ਮੈਂ ਸਿਟੀ ਥਾਣੇ ਦੇ ਵਿੱਚ ਤੈਨਾਤ ਸੀਗਾ ਐਜ਼ ਏ ਕੰਸਟੇਬਲ, ਪੱਕਾ ਨੰਬਰ ਸੀ ਮੇਰਾ। ਇਹਦੇ ਵਿੱਚ ਮੈਂ ਸਵਾਲ ਰੋਕ ਕੇ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਜਿਹੜਾ ਸਵਰਨ ਸਿੰਘ ਘੋਟਣਾ ਸੀ ਉਹ ਆਪਣੀ ਬਦਲੀ ਰਕਵਾਉਣਾ ਚਾਹੁੰਦਾ ਸੀ, ਅਤੇ ਕੀ ਲੱਗਦਾ ਕਿ ਬਦਲੀ ਰਕਵਾਉਣ ਬਦਲੇ ਜਥੇਦਾਰ ਸਾਹਿਬ ਨੂੰ ਟਾਰਗੇਟ ਕਰਨਾ ਲਾਜ਼ਮੀ ਬਣ ਗਿਆ ਸੀ ਇਹਨਾਂ ਵਾਸਤੇ? ਹੋ ਸਕਦਾ, ਕਿਉਂਕਿ ਉਦੋਂ ਤਾਂ ਇਹ ਗੱਲਾਂ ਆਮ ਹੁੰਦੀਆਂ ਸੀਗੀਆਂ, ਇੱਕ ਡੀ ਜੀ ਪੀ ਨੂੰ ਮਹੀਨਾ ਬਾਅਦ ਰਿਪੋਰਟ ਜਾਂਦੀ ਸੀ, ਕੋਈ ਕਹਿੰਦਾ ਮੈਂ ਇੰਨੇ ਖਾੜਕੂ ਮਾਰਤੇ, ਕੋਈ ਕਹਿੰਦਾ ਮੈਂ ਇੰਨੇ ਮੁੰਡੇ ਮਾਰਤੇ, ਬਿਲਕੁਲ ਇਹ ਸੱਚੀਆਂ ਗੱਲਾਂ ਨੇ। ਉਸ ਵੇਲੇ ਡੀ ਜੀ ਪੀ ਕੌਣ ਸੀਗਾ? ਕੇ ਪੀ ਐੱਸ ਗਿੱਲ। ਕੇ ਪੀ ਐੱਸ ਗਿੱਲ, ਮੁੱਖ ਮੰਤਰੀ ਬੇਅੰਤ ਸਿੰਘ। ਉਦੋਂ ਤਾਂ ਚੜ੍ਹਦੇ ਸੂਰਜ ਜਾਂ ਛਿਪਦੇ ਸੂਰਜ ਮੁੰਡੇ ਮਾਰਦੇ ਸੀ, ਮਾਰ ਮਾਰ ਕੇ 7 ਵਜੇ ਦੇ ਵਿੱਚ ਛੱਡਦੇ ਸੀ, ਹੱਸਦੇ ਸੀ ਅਸੀਂ ਮੱਛੀਆਂ ਨੂੰ ਖੁਰਾਕ ਪਾ ਕੇ ਆਏ ਹਾਂ, ਇਹ ਮੱਛੀਆਂ 7 ਵਜੇ ਦੇ ਜਿਹੜੇ ਜੀਵ ਜੰਤੂ ਆ ਨਾ ਉਹਨਾਂ ਨੂੰ ਨਹੀਂ ਖਾਂਦੀਆਂ, ਇਹ ਮਨੁੱਖਤਾ ਦਾ ਮਾਸ ਖਾਂਦੀਆਂ ਨੇ। ਇਹ ਗੱਲਾਂ ਦਿਮਾਗ 'ਚ ਮੇਰੇ ਜਿਹੜੀਆਂ, ਪੁਲਿਸ ਵਾਲੇ ਹੱਸਦੇ ਤਾੜੀਆਂ ਮਾਰ ਕੇ ਹੱਸਦੇ ਕਹਿੰਦੇ ਸੀ ਅਸੀਂ ਅੱਜ ਮੱਛੀਆਂ ਨੂੰ ਖੁਰਾਕ ਪਾ ਕੇ ਆਏ ਹਾਂ। ਕਿੰਨੇ ਉਹ ਕਾਤਲ ਨਿਰਦੋ ਕੀ ਕਰਦੇ ਹੋਣਗੇ, ਕਿੰਨਾ ਉਹਨਾਂ ਦਾ ਰਹਿਮ ਦਿਲ ਕਿੰਨਾ ਹੋਊਗਾ, ਕੀ ਹੋਊਗਾ ਦਿਲ ਦੇ ਵਿੱਚ। ਜਿਹੜੇ ਸ਼ਬਦਾਂ ਦਾ ਤੁਸੀਂ ਜ਼ਿਕਰ ਕਰ ਰਹੇ ਕਿ ਉਸ ਵਕਤ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਕਹਿੰਦੇ ਸੀ ਕਿ ਅੱਜ ਅਸੀਂ ਇੰਨੇ ਨੌਜਵਾਨ ਦਰਿਆ ਦੇ ਵਿੱਚ ਸੁੱਟਾਂ ਮੱਛੀਆਂ ਨੂੰ ਖੁਰਾਕ ਦੇ ਕਿ, ਕਿਹੜਾ ਇਸ ਤਰ੍ਹਾਂ ਦਾ ਮੁਲਾਜ਼ਮ ਸੀ ਜਿਹੜਾ ਇਹ ਸ਼ਬਦ ਕਹਿੰਦਾ ਸੀ? ਇਹ ਸਾਰੇ ਉਹਨਾਂ ਦੇ ਜਿਹੜੇ ਗਨਮੈਨ ਹੁੰਦੇ ਸੀਗੇ, ਜਿਹੜੇ ਗੁਰਮੀਤ ਸਿੰਘ ਦੇ ਗਨਮੈਨ ਸੀ ਜਾਂ ਸੋਢੀ ਦੇ ਗਨਮੈਨ ਸੀ, ਉਹ ਆਮ ਜਿਵੇਂ ਹੁਣ ਆਪਾਂ ਬਹਿ ਜਾਂਦੇ ਹਾਂ ਸਾਡੇ ਸਿਟੀ ਥਾਣੇ ਦੇ ਵਿੱਚ ਹੀ ਆ ਜਾਂਦੇ ਸੀ, ਗੱਲਾਂ ਬਾਤਾਂ ਚੱਲ ਪੈਂਦੀਆਂ ਸੀਗੀਆਂ, ਉਹ ਅੱਜ ਵੀ ਮੱਛੀਆਂ ਦੀ ਖੁਰਾਕ ਬਣਾ ਕੇ ਆਏ ਆ, ਠੀਕ ਹੈ ਨਾ, ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਸੋ ਉਦੋਂ ਮੈਨੂੰ ਸਾਡੇ ਮੁਨਸ਼ੀ ਨਸੀਬ ਸਿੰਘ ਹੁੰਦਾ ਸੀ ਥਾਣੇ ਦੇ ਵਿੱਚ, ਉਹ ਮੈਨੂੰ ਕਹਿੰਦੇ ਵੀ ਫੌਜੀ ਆ ਤੂੰ ਆ ਦੋ ਮੁਸਤਫੇ ਲੈ ਜਾ, ਅਤੇ ਸੀਏ ਸਟਾਫ ਦੇ ਵਿੱਚ ਛੱਡਿਆ। ਸੀਏ ਸਟਾਫ ਦੇ ਵਿੱਚ ਬਾਹਰ ਚਿੜੀ ਨਹੀਂ ਸੀ ਫਰਕ ਦੀ, ਇੰਨਾ ਰੋਹਬ ਸੀ ਇਸ ਆਪਣੇ ਡੀ ਐੱਸ ਪੀ ਭਗਵਾਨ ਸਿੰਘ ਸੋਢੀ ਦਾ। ਮੁਸਤਫੇ ਤੋਂ ਭਾਵ ਕੀ ਹੁੰਦਾ ਹੈ? ਮੁਸਤਫਾ ਜਿਹੜਾ ਤੁਸੀਂ ਸ਼ਬਦ ਵਰਤਿਆ ਕਿ ਦੋ ਮੁਸਤਫੇ ਲੈ ਜਾਏ ਤਾਂ ਕੀ ਮਤਲਬ? ਮੁਸਤਫਾ ਜਿਵੇਂ ਹੁਣ ਫਰਜ਼ ਕਰੋ ਮੈਂ ਭਗੌੜਾ ਹੋ ਗਿਆ, ਮੇਰੇ ਪਰਿਵਾਰ ਨੂੰ ਲੈ ਗਏ ਜਾ ਕੇ, ਇਹ ਮੁਸਤਫੇ ਨੇ, ਜਾਂ ਮੇਰੇ ਭਰਾ ਨੂੰ ਲੈ ਗਏ, ਚਾਚੇ ਤਾਏ ਨੂੰ ਲੈ ਕੇ, ਉਹ ਜਿਹੜੇ ਮੇਰੇ ਚਾਚੇ ਤਾਏ ਨੇ ਉਹ ਮੁਸਤਫੇ ਨੇ, ਜਿਨ੍ਹਾਂ ਨੂੰ ਉਹੀ ਫੜ ਕੇ ਥਾਣੇ ਦੇ ਵਿੱਚ ਵਾ ਕੇ ਰੱਖਿਆ ਹੋਇਆ ਬਿਨਾਂ ਕਸੂਰ ਤੋਂ। ਉਦੋਂ ਸਾਡੇ ਹੁੰਦੇ ਘੱਟੋ ਘੱਟ 50 ਬੰਦੇ ਹੁੰਦੇ ਸੀਗੇ ਉੱਥੇ ਸਦਰ ਥਾਣੇ ਦੇ ਵਿੱਚ, ਸਿਟੀ ਥਾਣੇ ਵਿੱਚ, ਜਿਹੜੇ ਵਿਚਾਰੇ ਬਾਹਰ ਹੀ ਮੀਂਹ ਗਣੀ ਵੀ ਤਰਪਾਲਾਂ 'ਤੇ ਬੈਠੇ ਹੁੰਦੇ ਸੀਗੇ, ਕੋਈ ਛੱਤਮ ਨਹੀਂ ਸੀ ਉੱਤੇ, ਠੀਕ ਹੈ ਨਾ, ਠੰਡ ਦੀਆਂ ਰਾਤਾਂ ਹੁੰਦੀਆਂ ਸੀ, ਕਿਸੇ ਲੋਹੀ ਲਈ ਹੁੰਦੀ ਸੀ, ਕਿਤੇ ਖੇਤ ਲਿਆ ਹੁੰਦਾ ਸੀਗਾ। ਜਥੇਦਾਰ ਕੌਂਕੇ ਸਾਹਿਬ ਨੂੰ ਫਿਰ ਅਰੈਸਟ ਕੀਤਾ ਜਾਂਦਾ ਹੈ, ਫਿਰ ਸਵਰਨ ਘੋਟਣੇ ਦੇ ਕੋਲ ਲੈ ਕੇ ਜਾਂਦੇ ਆ? ਹਾਂਜੀ, ਉਸ ਤੋਂ ਬਾਅਦ ਉਹ ਗੁਰਮੀਤ ਸਿੰਘ ਨੂੰ ਕਹਿੰਦਾ ਵੀ ਤੂੰ ਇਹਨੂੰ ਸੀਏ ਸਟਾਫ ਹਰਭਗਵਾਨ ਸਿੰਘ ਸੋਢੀ ਕੋਲ ਛੱਡ ਕੇ ਆ। ਚਲੋ ਸੀਏ ਸਟਾਫ ਉਹਨਾਂ ਨੇ ਛੱਡਿਆ ਹੁੰਦਾ, ਛੱਡਣ ਤੋਂ ਬਾਅਦ ਮੈਂ 26-27 ਤਰੀਕ ਨੂੰ ਦੋ ਮੁਸਤਫੇ ਲੈ ਕੇ ਗਿਆ ਹੱਥ ਕੜੀ ਲਾ ਕੇ, ਕਿਉਂ ਬਿਨਾਂ ਹੱਥ ਕੜੀ ਤਾਂ ਚਾਂਸ ਹੀ ਕੋਈ ਨਹੀਂ, ਭੱਜ ਵੀ ਸਕਦੇ ਆ, ਮੈਨੂੰ ਕੁੱਟਮਾਰ ਵੀ ਕਰ ਸਕਦੇ ਆ। ਹੱਥ ਕੜੀ ਲਿਆ ਕੇ ਲਿਆਉਂਦਾ ਸੀਗਾ, ਜਾ ਕੇ ਉੱਥੇ ਮੁਨਸ਼ੀ ਦੇ ਹੈਂਡਓਵਰ ਕਰਨੇ ਹੁੰਦੇ ਆ। ਤੂੰ ਮੈਂ ਦੇਖਿਆ ਇੱਕ ਕਮਰੇ ਦੇ ਵਿੱਚ ਬਾਹਰ ਲਿਖਿਆ ਸੀ ਤਬਦੀਸ਼ੀ ਰੂਮ, ਉਹਦੇ ਵਿੱਚ ਭਾਈ ਗੁਰਦੇਵ ਸਿੰਘ ਨਗਨ ਹਾਲਤ ਦੇ ਵਿੱਚ ਨਿਰਵਸਤਰ। ਕਿਹੜੇ ਥਾਣੇ ਦੀ ਗੱਲ ਹੈ? ਸੀ ਏ ਸਟਾਫ ਦੇ ਵਿੱਚ, ਜਗਰਾਉਂ ਦੀ। ਜਗਰਾਉਂ ਦੀ ਉੱਥੇ ਪਿੱਛੇ ਬਾਹਾਂ ਬੰਨੀਆਂ ਵੀ ਸੀਗੀਆਂ ਅਤੇ ਰੱਸਾ ਪਾਇਆ ਹੋਇਆ ਸੀਗਾ ਜਥੇਦਾਰ ਕੌਂਕੇ ਸਾਹਿਬ, ਜਥੇਦਾਰ ਕੌਂਕੇ ਸਾਹਿਬ ਪੁੱਠਾ ਲਟਕਾਇਆ ਹੋਵੇ, ਪੁੱਠਾ ਲਟਕਾਉਣ ਤੋਂ ਭਾਵ ਸਿਰ ਤਾਂ ਜ਼ਰੂਰ ਉੱਤੇ ਸੀ, ਐਂ ਪਿੱਛੇ ਬਾਹਾਂ ਬੰਨ ਕੇ ਪਿੱਛੇ ਕੁੰਡੀ ਪਾ ਕੇ ਰੱਸਾ ਪਾਇਆ ਹੋਇਆ ਸੀ ਉਹਦੇ। ਉਹ ਕਾਹਦੇ ਵਾਸਤੇ? ਜ਼ੁਲਮ ਤਸ਼ੱਦ, ਇਹ ਪੁਲਿਸ ਦਾ ਵਤੀਰਾ ਸੀ। ਅੱਛਾ, ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਪੁੱਠਾ ਟੰਗਿਆ ਹੋਇਆ ਸੀ, ਕੇਸ ਲਮਕ ਰਹੇ ਸੀ? ਬਿਲਕੁਲ, ਬਿਨਾਂ ਗਾਤਰੇ ਤੋਂ
ਜਦੋਂ ਉਹਨੇ ਰਿਪਾਸਤਰੀ ਕਰਤਾ ਉਹ ਡਿਗਰੀ ਦਾ ਦੇਖਦੇ ਵੀ ਇਹ ਸਾਡੀ ਕੌਮ ਦਾ ਜਥੇਦਾਰ ਆ ਨਾ ਉਹਨੂੰ ਤਾਂ ਸਿਰਫ ਜੋ ਐਸ ਐਸ ਪੀ ਨੇ ਹੁਕਮ ਦਿੱਤਾ ਜਾਂ ਉੱਪਰੋਂ ਹੁਕਮ ਮਿਲਿਆ ਉਹ ਤਾਂ ਹੀ ਕਹਿੰਦੇ ਉੱਪਰੋਂ ਹੁਕਮ ਮਿਲੇ ਆ ਉੱਪਰੋਂ ਕਿਹਦਾ ਹੁਕਮ ਜਾਂ ਕੇ ਪੀ ਸਿੰਘ ਗਿੱਲ ਸਾਹਿਬ ਦਾ ਹੋਊਗਾ ਜਾਂ ਬੇਅੰਤ ਸਿੰਘ ਦਾ ਹੋਊਗਾ ਹੋਰ ਤਾਂ ਐਸ ਐਸ ਪੀ ਨੂੰ ਕੋਈ ਹੁਕਮ ਦੇਣ ਵਾਲਾ ਨਹੀਂ ਹੈ ਉਹ ਮੈਂ ਮੁਨਸ਼ੀ ਨੂੰ ਕੁਦਰਤ ਹੀ ਪੁੱਛ ਲਿਆ ਪਹਿਲਾਂ ਨਹੀਂ ਜਾਣਦਾ ਵੀ ਜਥੇ ਸਾਹਿਬ ਨੇ ਇਹ ਕੌਣ ਨੇ ਕੌਣ ਨਹੀਂ ਹੈ ਮੈਨੂੰ 25 ਨੂੰ ਹੀ ਪਤਾ ਲੱਗ ਗਿਆ ਸੀ ਵੀ ਸਾਡੇ ਜਥੇਦਾਰ ਨੂੰ ਲੈ ਆਏ ਫੜ ਕੇ ਤੁਸੀਂ ਪਹਿਲੀ ਵਾਰ ਜਿਹੜਾ ਜਥੇਦਾਰ ਸਾਹਿਬ ਦੇ ਦਰਸ਼ਨ ਕੀਤੇ ਉੱਥੇ ਕੀਤੇ ਆ ਤੁਸੀਂ ਉੱਥੇ ਕੀਤੇ ਆ ਮੈਂ ਜਥੇਦਾਰ ਸਾਹਿਬ ਦੇ ਦਰਸ਼ਨ ਸੀ ਐਸ ਸਾਹਿਬ ਦੇ ਵਿੱਚ ਕਿਉਂ ਮਤਲਬ ਉਹ ਸਾਡੇ ਇਲਾਕੇ 'ਚ ਇੱਧਰ ਨਹੀਂ ਸੀ ਆਉਂਦੇ ਹੁੰਦੇ ਉਹ ਅੰਮ੍ਰਿਤਸਰ ਹੀ ਰਹਿੰਦੇ ਸੀ ਖਾਸ ਤੌਰ 'ਤੇ ਕਿਉਂ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀਗੇ ਅਤੇ ਅੰਮ੍ਰਿਤਸਰ ਹੀ ਰਹਿਣਾ ਹੁਣ ਪੰਜਾਬ ਦੇ ਘਰ ਰਹਿੰਦੇ ਸੀ ਜੇਲ੍ਹ ਬਹੁਤ ਕੱਟੀ ਆ ਇਹਨਾਂ ਨੇ ਅੱਛਾ ਉਸ ਤੋਂ ਬਾਅਦ ਫਿਰ ਮੈਂ 27 ਜਾਂ 28 ਨੂੰ ਫਿਰ ਗਿਆ ਅਤੇ ਫਿਰ ਵੀ ਉਹੀ ਹਾਲ ਇੱਕ ਦਿਨ ਤਾਂ ਮੈਂ ਇੱਥੋਂ ਤੱਕ ਵੀ ਦੇਖਿਆ ਉਹਨਾਂ ਦੀਆਂ ਪਿੱਛੇ ਬਾਹਾਂ ਬੰਨੀਆਂ ਹੋਈਆਂ ਸੀਗੀਆਂ ਇੱਕ ਬੰਦੇ ਦੇ ਕੇਸ ਫੜੇ ਹੋਏ ਸੀਗੇ ਦੋ ਬੰਦੇ ਲੱਤਾਂ ਚੌੜੀਆਂ ਕਰਦੇ ਸੀਗੇ ਅਸੀਂ ਚੱਡੇ ਪਾਰ 'ਤੇ ਉਹਨਾਂ ਨੇ 180 ਡਿਗਰੀ 'ਤੇ ਕੀਤੇ ਹੋਣੇ ਆ ਅਤੇ ਮੈਂ ਮੁਨਸ਼ੀ ਕੋਲੋਂ ਹੀ ਮੁੜਿਆ ਆ ਮੈਨੂੰ ਕਹਿੰਦਾ ਜਾ ਭੱਜ ਜਾ ਤੂੰ ਇੱਥੋਂ ਤੂੰ ਕਹਿੰਦਾ ਕਰ ਵੀ ਮੈਂ ਨਹੀਂ ਜਾਣਾ ਉੱਥੇ ਮੁਨਸ਼ੀ ਕਹਿੰਦਾ ਵੀ ਤੂੰ ਕਹਿੰਦਾ ਕਰ ਵੀ ਮੈਂ ਨਹੀਂ ਜਾਣਾ ਉੱਥੇ ਮੁਨਸ਼ੀ ਕੌਣ ਸੀਗਾ ਉਹ ਸੀ ਐਸ ਸਟਾਫ ਦੇ ਵਿੱਚ ਸੀ ਅਤੇ ਸਾਡੇ ਤਾਂ ਨਸੀਬ ਸਿੰਘ ਸੀ ਮੁਨਸ਼ੀ ਉਸ ਸੀ ਐਸ ਸਟਾਫ ਦੇ ਵਿੱਚ ਤਾਂ ਨਿੱਤ ਜਿਹੜਾ ਕੋਈ ਹੁੰਦਾ ਸੀ ਉਹੀ ਬੰਦਾ ਰੋਜ਼ ਨਾਮ ਤਾਂ ਭਰ ਦਿੰਦਾ ਸੀਗਾ ਇਹ ਮੁਨਸ਼ੀ ਦਾ ਹੀ ਹੁੰਦਾ ਵੀ ਰੋਜ਼ ਨਾਮ ਤਾਂ ਭਰਨਾ ਅੱਛਾ ਉਸ ਤੋਂ ਬਾਅਦ ਹੁਣ ਜਾਣਾ ਪੈਣਾ ਮੈਨੂੰ ਮੈਂ ਇੱਕ ਵਾਰੀ ਆਖਿਆ ਵੀ ਨਸੀਬ ਸਿੰਘ ਨੂੰ ਮੈਂ ਵੀ ਉੱਥੇ ਆਹ ਗੱਲਬਾਤ ਚੱਲ ਰਹੀ ਆ ਜਥੇਦਾਰ ਨੇ ਅਤੇ ਮੈਨੂੰ ਜੇ ਅੰਦਰ ਨਾ ਜਾਣ ਦਿੱਤਾ ਕਹਿੰਦਾ ਨਾ ਜਾਂਦੇ ਤੂੰ ਵਾਪਸ ਆ ਜੀ ਤਾਂ ਫਿਰ ਮੈਂ 31 ਤਰੀਕ ਨੂੰ ਗਿਆ 10-11 ਵਜੇ ਮੁਸਤ ਵੀ ਲੈ ਕੇ ਅਤੇ ਮੇਰੇ ਜਾਂਦੇ ਨੂੰ ਇਹ ਹਰ ਭਗਵਾਨ ਸਿੰਘ ਸੋਢੀ ਇਹ ਮਤਲਬ ਕਿ ਉਹਨੂੰ ਟੌਰ 'ਤੇ ਉਤਾਰ ਰਿਹਾ ਸੀਗਾ ਜਥੇਦਾਰ ਨੂੰ ਸੁੱਜਿਆ ਪਿਆ ਸੀ ਨੀਲਾ ਹੋਇਆ ਪਿਆ ਸੀ ਮੂੰਹ 'ਚੋਂ ਆਵਾਜ਼ ਵੀ ਨਹੀਂ ਸੀ ਨਿਕਲਦੀ ਫਿਰ ਸ਼ਾਮ ਨੂੰ ਉਸੇ 31 ਤਰੀਕ ਨੂੰ ਭਾਈ ਸਾਹਿਬ ਦੀ ਡੈੱਡ ਬੋਡੀ ਮੈਂ ਤਾਂ ਆਖਾਂਗਾ ਉਹ ਜੇਲ੍ਹ ਦੇ ਵਿੱਚ ਘਟਨਾ ਕਿਹੜੀ ਵਾਪਰੀ ਸੀ ਕਿ ਜਦੋਂ ਤੁਹਾਡੇ ਵੱਲੋਂ ਗੱਦਾ ਅਤੇ ਕੰਬਲ ਦਿੱਤਾ ਜਾਂਦਾ ਜਥੇਦਾਰ ਸਾਹਿਬ ਦਾ ਦੱਸਦਾ ਮੈਂ ਤੁਹਾਨੂੰ 31 ਤਰੀਕ ਸ਼ਾਮ ਨੂੰ ਇਹਨਾਂ ਨੂੰ ਸਦਰ ਥਾਣੇ 'ਚ ਲਿਆਂਦਾ ਗਿਆ CIA ਤੋਂ ਹਾਲਾਂਕਿ ਇਹਨਾਂ ਨੇ ਆਪਦੇ ਕਾਗਜ਼ਾਂ 'ਚ ਬਾਹਰ ਦੇ ਵਿੱਚ 2 ਦਿਨ ਮੈਨੂੰ ਪਾਸੇ ਕਰਤਾ ਉੱਥੋਂ ਕਿਉਂ ਇਹਨਾਂ ਕੋਲ ਕਾਗਜ਼ ਆ ਜੋ ਮਰਜ਼ੀ ਲਿਖੀ ਜਾਣ ਠੀਕ ਹੈ ਨਾ ਉੱਥੇ ਮੈਂ ਦੇਖਿਆ ਇੰਸਪੈਕਟਰ ਗੁਰਮੀਤ ਸਿੰਘ ਨੇ ਤਰਸ ਦੇ ਆਧਾਰ ਦੇ ਉੱਤੇ ਬਰਾਂਡੇ 'ਚ ਗੰਦਾ ਵਿਛਾਤਾ ਕੰਬਲ ਦੇਤਾ ਉੱਤੇ ਅਤੇ ਹੀਟਰ ਲਾ ਤਾ ਇਹ ਸਵਰਨ ਸਿੰਘ ਕੋਟਲਾ 7:30-8 ਵਜੇ ਆਇਆ ਰਾਤ ਨੂੰ ਪਹਿਲਾਂ ਤਾਂ ਅੰਦਰ ਐਡਾ ਕੀ ਦਫ਼ਤਰ ਸੀ ਬੋਲਾ ਪਿੱਗ ਸ਼ਿਗ ਲਾਏ ਇਹਨਾਂ ਨੇ ਉਹ ਤੋਂ ਘੋਟਣਾ ਉੱਠਿਆ ਅਸੀਂ ਅੰਦਰ ਸੀ ਮੈਂ ਉਹਨੂੰ ਪਹਿਲਾਂ ਮੈਂ ਉੱਥੇ ਹੀ ਸੀਗਾ ਸਿਟੀ ਥਾਣੇ 'ਚ ਅੰਦਰ ਸਾਨੂੰ ਆਖਿਆ ਵੀ ਗਿਆ ਜੀ ਭਾਜੋ ਹੁਣ ਤੁਸੀਂ ਇੱਥੋਂ ਪਰ ਜਾਈਏ ਕਿੱਥੇ ਹੁਣ ਰਾਤ ਨੂੰ ਠੰਡ ਆ ਅੱਛਾ ਇਹਨੇ ਆਪਣੇ SSP ਨੇ ਕੀਤਾ ਇੰਸਪੈਕਟਰ ਗੁਰਮੀਤ ਸਿੰਘ ਨੂੰ ਗਾਲਾਂ ਕੱਢੀਆਂ ਵੀ ਤੇਰੀ ਭੈਣ ਦਾ ਖਸਮ ਫਲਾਉਣਾ ਟਿਮਕਾ ਉਹਨੇ ਹੀਟਰ ਦੇ ਕਿੱਕ ਮਾਰੀ ਹੀਟਰ ਉਹ ਮਾਰਿਆ ਪਾਸੇ ਘੋੜੇ ਨੇ ਕੰਬਲ ਲਾਹਤਾ ਉੱਤੋਂ ਉਹ ਐਂ ਬੇਸੁੱਟ ਪਏ ਸੀਗੇ ਉਹਨੇ ਚੱਡਿਆਂ ਦੇ ਵਿੱਚ ਠੁੱਡੇ ਮਾਰੇ ਸਵਰਨ ਸਿੰਘ ਘੋੜੇ ਨੇ ਐਡਾ ਨਰਦਈ ਬੁੱਚੜ ਬੰਦਾ ਸੀ ਉਹ ਉਹਨਾਂ ਦੇ ਬਲੱਡ ਚੱਲ ਪਿਆ ਖੂਨ ਨਿਕਲਣ ਲੱਗ ਗਿਆ ਇੱਕ ਕੋਲੇ SP ਸੀ ਉਹਦਾ ਨਹੀਂ ਮੈਨੂੰ ਨਾਂ ਦਾ ਪਤਾ ਕਿ ਸ਼ਰਮਾ ਸਾਹਿਬ ਸੀ ਪਤਾ ਨਹੀਂ ਕਿਹੜੇ ਸੀ ਘੋੜਨਾ ਕਹਿਣ ਲੱਗਿਆ ਦੇਖੋ ਇਹ ਤੁਹਾਡੇ ਜਥੇ ਜਥੇਦਾਰ ਮੂਤ ਨਿਕਲ ਗਿਆ ਉਹ ਕਹਿੰਦਾ ਸਰ ਮੂਤ ਨਹੀਂ ਇਹਦਾ ਤਾਂ ਖੂਨ ਨਿਕਲ ਗਿਆ ਉਹ SP ਸਾਹਿਬ ਨਾਲ ਇਹਦੀ ਬਣਦੀ ਨਹੀਂ ਸੀ
ਸਵਰਨ ਸਿੰਘ ਘੋੜ ਨੇ ਵੀ। ਅੱਛਾ, ਉਸ ਤੋਂ ਬਾਅਦ ਫਿਰ ਇਹ ਦਫ਼ਤਰ 'ਚ ਆ ਗਏ। ਉੱਥੇ ਐਸ ਪੀ ਸਵਰਨ ਸਿੰਘ, ਡੀ ਐਸ ਪੀ ਹਰਭਗਵਾਨ, ਡੀ ਐਸ ਪੀ ਕਮਲਜੀਤ, ਡੀ ਹਰਨੇਕ ਸਿੰਘ ਖਰਾਂ, ਐੱਸ ਆਈ ਚੰਦਨ ਸਿੰਘ, ਐੱਸ ਆਈ ਹਰਬੰਸ ਸਿੰਘ, ਇਹ ਮੌਕੇ 'ਤੇ ਹਾਜ਼ਰ ਸੀ ਉਦੋਂ। ਉਦੋਂ ਸਿਪਾਹੀ ਤਰਸੇਮ ਸਿੰਘ ਨੂੰ ਲਿਆਂਦਾ ਗਿਆ, ਸੱਦਿਆ। ਉਹ ਕੈਂਟਰ ਲੈ ਆਇਆ, ਉਹ ਕੈਟ ਦਾ ਕੰਮ ਵੀ ਕਰਦਾ ਸੀ ਅਤੇ ਗੁਰਮੀਤ ਸਿੰਘ ਦੀ ਜਿਹੜੀ ਪ੍ਰਾਈਵੇਟ ਗੱਡੀ ਸੀਗੀ ਉਹਦੇ ਘਰ ਵਾਲਿਆਂ ਨੂੰ ਲਿਜਾਣ ਲਈ ਉਹਨੂੰ ਉਹ ਡਰਾਈਵਰ ਬਣ ਕੇ ਜਾਂਦਾ ਸੀਗਾ। ਇਹਨਾਂ ਨੇ ਫਿਰ ਘੋੜਨਾ ਕਹਿੰਦਾ ਵੀ ਉਦੋਂ ਇਹਨਾਂ ਭਾਈ ਸਾਹਿਬ ਦੀ ਇੱਕ ਅੱਖ ਨਿਕਲੀ ਵੀ ਸੀਗੀ, ਐਂ ਨੀਲੇ ਹੋਏ ਪਏ ਸੀਗੇ, ਸਰਦੀ ਰੁੱਤ ਸੀ, ਉੱਤੇ ਕੋਈ ਕੱਪੜਾ ਨਹੀਂ ਸੀਗਾ, ਉਹ ਵੀ ਲਾਹਤਾ, ਇੱਕ ਚੋਲਾ ਹੀ ਚੋਲਾ ਪਾਇਆ ਹੋਇਆ ਸੀ। ਜਥੇਦਾਰ ਸਾਹਿਬ ਦੇ ਚੱਡੇ ਵੀ ਪਾੜੇ ਪਏ ਆ, ਹਾਂਜੀ, ਅੱਖ 'ਚੋਂ ਵੀ ਖੂਨ ਵਗ ਰਿਹਾ। ਅੱਖਿਓ ਨਾ, ਇਹ ਰਾਤ ਨੂੰ ਜਦੋਂ ਇੰਟਰੋਗੇਟ ਕਰਦੇ ਸੀ ਰਾਤਾਂ ਨੂੰ, ਸਾਰੀ ਸਾਰੀ ਰਾਤ ਇੰਟਰੋਗੇਸ਼ਨ ਚੱਲਦੀ ਸੀ, ਸ਼ਰਾਬ ਪੀ ਕੇ ਠੁੱਡੇ ਮਾਰਦੇ ਸੀ, ਸੋਟੀਆਂ ਮਾਰਦੇ ਸੀ, ਇਹ ਨਹੀਂ ਪਤਾ ਵੀ ਕਿੱਥੇ ਲੱਗਦੀ ਆ ਕਿੱਥੇ ਨਹੀਂ ਲੱਗਦੀ। ਉਹਨੂੰ ਕਿਤੇ ਲੱਗ ਗਈ, ਅੱਖ ਨਿਕਲ ਗਈ, ਅੱਖ 'ਚ ਹੈ ਵੀ ਕੀ, ਐਂ ਮਾੜੀ ਉਂਗਲ ਮਾਰੂ ਅੱਖ ਬਾਹਰ। ਤੁਸੀਂ ਦੇਖੀ ਆਪਣੀ ਅੱਖਾਂ ਦੇ ਨਾਲ? ਅੱਖਾਂ ਨਾਲ ਵੇਖੀ ਆ, ਪਰਮਾਤਮਾ ਕਰੇ ਵੀ ਗੱਲ ਇਹ ਸੱਚੀਆਂ ਸਾਬਤ ਕਰ ਦੇਣ, ਠੀਕ ਹੈ ਨਾ, ਵੀ ਮੈਨੂੰ ਝੂਠਾ ਕਹਿੰਦੇ ਤੇ ਮੈਂ ਆਪਣਾ ਸਿਰ ਵੀ ਕਟਾਉਣ ਨੂੰ ਤਿਆਰ ਹਾਂ। ਜਦੋਂ ਕੌਮ ਦੇ ਜਥੇਦਾਰ ਦੇ ਉੱਪਰ ਇੰਨਾ ਅਣਮਨੁੱਖੀ ਤਸ਼ੱਦਦ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਤੁਹਾਡੀ ਕੌਮ ਦੇ ਜਥੇਦਾਰ ਸੀ, ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਲਵਲੇ ਪੈਦਾ ਹੁੰਦੇ ਸੀ? ਬਹੁਤ ਕਿਰਨਾ ਆ ਰਹੀ ਸੀ ਮੈਨੂੰ, ਪਰ ਮੈਂ ਕੁਛ ਕਰ ਨਹੀਂ ਸੀ ਸਕਦਾ, ਕਿਉਂ 24 ਘੰਟੇ ਇਸ ਤਰ੍ਹਾਂ ਸਾਡੇ ਕੋਲ ਰਹਿਣ ਨਹੀਂ ਸੀ ਦਿੱਤਾ ਜਾਂਦਾ। ਜਦੋਂ ਡਿਊਟੀ ਜਾਣਾ ਉਦੋਂ ਹੀ ਸਾਨੂੰ ਮਸਲਾ ਇਸ਼ੂ ਕੀਤਾ ਜਾਂਦਾ ਸੀ, ਅਤੇ ਮੈਂ ਕਰ ਵੀ ਕੀ ਸਕਦਾ ਸੀ? ਮੈਂ ਤਾਂ ਇੱਕ ਇੰਨਾ ਹੈ ਨਹੀਂ ਸੀ ਘਰੋਂ ਤਨਾੜ ਬੰਦਾ ਵੀ ਜਿਹੜਾ ਮੈਂ ਕੁਛ ਕਰ ਦਿੰਦਾ। ਕਈ ਕਮੈਂਟ ਕਰਦੇ ਨੇ ਐਵੇਂ, ਤੂੰ ਗੋਲੀ ਮਾਰਦਾ ਘੂਰਨੇ ਦੇ, ਵੀ ਮੈਂ ਇੱਥੋਂ ਤਾਂ ਨਹੀਂ ਵਜੀ, ਤੁਸੀਂ ਆ ਕੇ ਮਾਰ ਦਿੰਦੇ, ਗੰਦੇ ਗੰਦੇ ਕਮੈਂਟ ਕਰੀ ਜਾਣਗੇ ਐਵੇਂ। ਉਹ ਤੋਂ ਬਾਅਦ ਤਰਸੇਮ ਸਿੰਘ ਸੱਦਿਆ ਗਿਆ, ਤਰਸੇਮ ਸਿੰਘ ਦੇ ਨਾਲ ਇੱਕ ਦੋ ਮੁੰਡੇ ਹੋਰ ਜਿਹੜੇ ਗੁਰਮੀਤ ਸਿੰਘ ਦੇ ਗਨਮੈਨ ਸੀ, ਇਹਨਾਂ ਨੇ ਐਂ ਚੱਕਿਆ ਚੱਕ ਕੇ ਅਤੇ ਜਿਵੇਂ ਪਸ਼ੂ ਨੂੰ ਛੱਡਦੇ ਹੁੰਦੇ ਆ, ਭਾਈ ਸਾਹਿਬ ਦੀ ਲਾਸ਼ ਨੂੰ ਕੈਂਟਰ ਦੇ ਵਿੱਚ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਕੰਨੀਆਂ ਪਿੰਡ ਆ ਇੱਕ ਸਤਲੁਜ ਦੇ ਕਿਨਾਰੇ ਦੇ ਉੱਤੇ, ਉੱਥੇ ਨਾਨਕਸਰੀਆਂ ਦਾ ਹੀ ਠਾਠ ਆ ਇੱਕ ਗੁਰਦੁਆਰਾ ਸਾਹਿਬ ਬਣਿਆ ਆ ਜਿੱਥੇ ਆਮ ਲੋਕ ਨੂੰ ਫੁੱਲ ਪਾਉਣ ਜਾਂਦੇ ਨੇ ਆਪਣੇ। ਉੱਥੇ ਫਿਰ ਇਹਨਾਂ ਨੇ ਕੱਟ ਵੱਢ ਕੇ, ਅੰਗ ਅੰਗ ਕੱਟ ਕੇ, ਫਿਰ ਮੈਨੂੰ ਸ਼ਬਦ ਯਾਦ ਆਉਂਦੇ ਆ ਜਦੋਂ ਮੈਂ ਯਾਦ ਕਰਦਾ ਹੁੰਦਾ, ਜਿਹਨਾਂ ਸਿੰਘਾਂ ਸਿੰਘਣੀਆਂ ਭਟੰਗੀਆਂ ਧਰਮ ਹੇਰ ਦੇ ਅਤੇ ਚਰਖੜੀਆਂ ਦੇ ਜਿਹੜੇ ਬੰਦ ਬੰਦ ਕਢਵਾਏ, ਉੱਠੀਆਂ ਕਲਾ ਲਾਈਆਂ, ਉਹ ਇਹ ਸੂਰ ਮੇਰੇ ਨਾਲ ਹੱਡ ਬੀਤੀ ਹੋ ਚੁੱਕੀ ਆ। ਇੱਕ ਤਾਂ ਉਹਨੇ ਜੱਗ ਬੀਤੀ ਨਹੀਂ ਕੀਤੀ ਉਹਦੇ ਨਾਲ, ਉਹਨੇ ਹੱਡ ਬੀਤੀ, ਉਹਨੇ ਪੂਰਾ ਦਰਦ 5-6 ਦਿਨ 20 ਤੋਂ ਲੈ ਕੇ 25 ਤੋਂ ਲੈ ਕੇ 31 ਤੱਕ ਆਪਣੇ ਇਸ ਜਿਸਮ ਦੇ ਉੱਤੇ ਹੰਡਾਇਆ। ਬਾਣੀ ਨਹੀਂ ਮਰਦੇ ਦਮ ਤੱਕ ਸ਼ਰਦੀ ਮੂੰਹ 'ਚੋਂ, ਚਾਹੇ ਹੌਲੀ ਬੋਲਦੇ ਸੀ ਚਾਹੇ ਦਮ ਦਾ ਮੂੰਹ ਪੜਦੇ ਸੀ, ਬਾਣੀ ਅਤੇ ਬਾਣੀ ਦੇ ਤਾਂ ਇੰਨੇ ਪਰਪੱਕ ਸੀ ਉਹਨਾਂ 'ਚੋਂ। ਸਮਝ ਲਓ ਵੀ ਸੰਤ ਭਿੰਡਰਾਂ ਵਾਲੇ ਦੇ ਬਾਅਦ ਸਮਝ ਲਓ, ਆਪਾਂ ਅਕਾਲੀ ਫੂਲਾ ਸਿੰਘ ਦੇ ਬਾਅਦ ਸਮਝ ਲਓ, ਅਤੇ ਪੁੱਤ ਤਾਂ ਉਹ ਦਸ਼ਮੇਸ਼ ਪਿਤਾ ਦਾ ਹੈ ਹੀ ਸੀ। ਜਦੋਂ ਦਰਿਆ ਦੇ ਵਿੱਚ ਜਥੇਦਾਰ ਸਾਹਿਬ ਨੂੰ ਸੁੱਟਿਆ ਜਾ ਰਿਹਾ ਸੀ, ਫਿਰ ਕਹਿੰਦੇ ਉੱਥੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਜਥੇਦਾਰ ਸਾਹਿਬ 'ਤੇ, ਕੱਟੇ ਗਏ। ਆ ਹੁਣ ਮੈਨੂੰ ਨਾ ਇੱਕ ਰਤੇਸ਼ ਲੇਖੀ ਸਾਹਿਬ ਆ ਕੋਈ ਪੱਤਰਕਾਰ, ਉਹਨਾਂ ਦੀ ਇੰਟਰਵਿਊ ਚੱਲ ਰਹੀ ਆ, ਉਹ ਕਹਿੰਦੇ ਸਿਦਮਾ ਬੇਟ ਥਾਣੇ ਦੇ ਵਿੱਚ ਕਮਰਾ ਨੰਬਰ 2 'ਚ ਉਹਨਾਂ ਨੂੰ ਕੱਟਿਆ ਗਿਆ, ਅੰਗ ਅੰਗ ਵੱਢਿਆ ਗਿਆ ਉਹਨਾਂ ਦਾ, ਫਿਰ ਇਹ ਦਰਿਆ ਦੇ ਵਿੱਚ ਸਿੱਟੇ ਗਏ ਨੇ। ਤਾਂ ਮੇਰੀ ਪ੍ਰੌੜਤਾ ਹੁੰਦੀ ਆ ਵੀ ਅੰਗ ਅੰਗ ਕੱਟਿਆ ਗਿਆ ਉਹਨਾਂ ਦੇ, ਉਹ ਕਮਰਾ ਪੂਰਾ ਲਹੂ ਨਾਲ ਭਿੱਜਿਆ ਹੋਇਆ ਸੀ। ਇਹ ਲੇਖੀ ਸਾਹਿਬ ਕਹਿ ਰਿਹਾ ਪੱਤਰਕਾਰ, ਸਵੇਰੇ ਆ ਕੇ ਕਮਾਈ ਨੇ ਕਮਰਾ ਸਾਫ਼ ਕੀਤਾ ਅਤੇ ਉਹਨੇ ਬਾਅਦ ਚਾਹ ਵਾਲਿਆਂ ਨੂੰ ਦੱਸਿਆ ਵੀ ਰਾਤ ਇੱਥੇ ਕੁਛ ਹੋਇਆ, ਭਾਈ ਅੰਦਰ ਖੂਨ ਡੁੱਲਿਆ ਹੋਇਆ ਸੀਗਾ, ਅਤੇ ਹੁਣ ਪੰਥ ਜਾਂ ਕੌਮ ਜਾਂ ਕੋਈ ਵੀ ਲੀਡਰ ਮੈਨੂੰ ਕਿਵੇਂ ਕਹਿ ਸਕਦਾ ਵੀ ਦਰਸ਼ਨ ਸਿੰਘ ਤਾਂ ਝੂਠਾ ਵਾ। ਕਈ ਕਹਿੰਦੇ ਵੀ ਇਹਨੇ ਪੈਸੇ ਦੇ ਲਾਲਚ ਨਾਲ ਸਬੂਤ ਕਰ ਦੇਣ, ਮੇਰੇ ਅਕਾਊਂਟ ਦੇ ਵਿੱਚ ਅੱਜ 7,500 ਰੁਪਈਆ
ਅਕਾਊਂਟ ਮੇਰਾ ਫਰੋਡ ਹੈ ਜਿੱਥੇ ਮਰਜ਼ੀ। ਮੈਂ ਦਰਸ਼ਨ ਸਿੰਘ ਜੀ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਜਦੋਂ ਜਥੇਦਾਰ ਸਾਹਿਬ ਅਤੇ ਸੀ ਆਈ ਸਟਾਫ 'ਚ ਜਾਂ ਸਦਰ ਥਾਣੇ ਦੇ ਵਿੱਚ ਤਸ਼ੱਦਦ ਕੀਤਾ ਜਾ ਰਿਹਾ ਸੀ, ਉਸ ਵੇਲੇ ਦਾ ਜ਼ਿਕਰ ਮਿਲਦਾ ਕਿ ਇੱਕ ਨਾਨਕਸਰ ਤੋਂ ਇੱਕ ਜਿਹੜਾ ਉਸ ਵਕਤ ਦਾ ਸਾਧ ਜਾਂਦਾ ਹੈ ਜਿਹਦੇ ਕੋਲ ਬਹੁਤ ਪਾਵਰ ਵੀ ਮੰਨੀ ਜਾਂਦੀ ਹੈ, ਕਿ ਉਹਨਾਂ ਉਹਨਾਂ ਦੇ ਵੱਲੋਂ ਉੱਥੋਂ ਦਾ ਕੋਈ ਜ਼ਿਕਰ ਮਿਲਦਾ ਤੁਹਾਨੂੰ? ਨਹੀਂ ਜੀ, ਉਹ ਸਾਧ ਨੇ, ਉਹ ਆਪਣੇ ਨਾ ਬਾਬਾ ਨੰਦ ਸਿੰਘ ਦੀ ਠਾਠ ਆ ਸਾਡੇ ਝੋਲਣੇ, ਉਹ ਤਾਂ ਉਦੋਂ ਬਾਬਾ ਨਾਰਾਇਣ ਸਿੰਘ ਹੁੰਦੇ ਸੀ ਜਿਹੜੇ ਵੱਡੇ ਸੀ, ਭਾਈ ਕਾਲਾ ਉਹਨਾਂ ਦਾ ਡਰਾਈਵਰ ਹੁੰਦਾ ਸੀ, ਅਤੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਉਹ ਸੀ ਏ ਸਟਾਫ ਗਏ ਆ ਜਾਂ ਨਹੀਂ ਗਏ, ਕਿਉਂਕਿ ਇਲਾਕੇ ਦੀ ਸੰਗਤ ਮਿਲ ਕੇ ਜਾਂਦੇ, ਕਿਉਂਕਿ ਉਹ ਤਾਂ ਕਾਂਗਰਸੀ ਬੰਦੇ ਸੀ, ਅਤੇ ਹੋ ਸਕਦਾ ਵੀ ਇਲਾਕੇ ਦੀਆਂ ਸੰਗਤਾਂ ਨੇ ਉਹਨੂੰ ਬੇਨਤੀ ਕੀਤੀ ਹੋਵੇ ਜਾ ਕੇ ਵੀ ਭਾਈ ਗੁਰਦੇਵ ਸਿੰਘ ਕਹੋਗੇ ਉਹਨੂੰ ਛਡਾਓ, ਅਤੇ ਉਹ ਗਏ ਵੀ ਹੋਣਗੇ। ਜਦੋਂ ਜਥੇਦਾਰ ਸਾਹਿਬ 'ਤੇ ਇੰਨਾ ਜ਼ਿਆਦਾ ਤਸ਼ੱਦਦ ਹੋ ਜਾਂਦਾ ਜਾਂ ਸਮੁੱਚਾ ਵਰਤਾਰਾ ਵਾਪਰ ਜਾਂਦਾ, ਅਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਥੇਦਾਰ ਸਾਹਿਬ ਦੀ ਮੰਨਤਾ ਬਹੁਤ ਸੀ ਕਿਉਂਕਿ ਕੌਮ ਦੇ ਜਥੇਦਾਰ ਸੀ, ਅਤੇ ਉਸ ਵਕਤ ਜਗਰਾਉਂ ਜਾਮ ਕੀਤਾ ਜਾਂਦਾ, ਉੱਥੇ ਇੱਕ ਧਰਨਾ ਵੀ ਲਗਾਇਆ ਜਾਂਦਾ ਹੈ। ਨਹੀਂ ਜੀ, ਥੋੜ੍ਹੇ ਕੁ ਦਿਨਾਂ ਬਾਅਦ ਭਾਈ ਜਸਵੀਰ ਸਿੰਘ ਖਾਲਸਾ ਜਗਰਾਉਂ ਆਏ ਸੀਗੇ, ਉੱਥੇ ਧਰਨਾ ਲਾਇਆ ਸੀ ਇਹਨਾਂ ਨੇ, ਭਾਈ ਜਸਵੀਰ ਸਿੰਘ ਰੋਡੇ। ਹਾਂ, ਬਾਅਦ ਦੀਆਂ ਗੱਲਾਂ ਨੇ ਇਹ, ਅਤੇ ਪਹਿਲਾਂ ਨਹੀਂ ਕੋਈ ਇਹੋ ਜਿਹੀ ਗੱਲਬਾਤ ਵੀ ਉਹਨੂੰ ਛਡਾਉਣ ਦੀ ਖਾਤਰ ਧਰਨਾ ਲਾਤਾ ਹੋਵੇ। ਜਦੋਂ ਗੱਲ ਬਾਦਲ ਸਾਹਿਬ ਕੋਲ ਹੀ ਪਹੁੰਚ ਗਈ, ਜਦੋਂ ਮੈਂ ਫਰਾਰ ਹੋਇਆ ਬਿਆਨ ਦੇ ਕੇ ਚੰਡੀਗੜ੍ਹ ਰਿਹਾ ਮੈਂ, ਪੁਲਿਸ ਮੁਲਾਜ਼ਮ ਸੀ ਤੁਸੀਂ ਉਸ ਵੇਲੇ ਦੇ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਨੌਕਰੀ ਕਿੰਨਾ ਕੁ ਸਮਾਂ ਕਰਦੇ ਹੋ? ਨੌਕਰੀ ਕਿੰਨਾ ਚਿਰ ਬਣੀ? ਉਦੋਂ ਪਹਿਲਾਂ ਮੈਨੂੰ ਡਿਸਮੈਂਟ ਫਰਾਮ ਸਰਵਿਸ ਕਰਦਾ। ਕਦੋਂ ਕੀਤਾ? 1994 'ਚ। ਡਿਸਮਿਸ ਕਰਨ ਦਾ ਕਾਰਨ ਕੀ ਸੀ? ਕਾਰਨ ਇਹ ਸੀ ਬਾਈ, ਜਿਹੜੀ ਫੌਜੀ ਆਦਮੀ ਸੀ ਰਮ ਸ਼ਮ ਪੀ ਲੈਂਦੇ ਸੀ, ਇਹ 'ਚ ਕਿਹੜੀ ਗੱਲ ਆ, ਕੋਈ ਲੁਕੋ ਵਾਲੀ ਗੱਲ ਨਹੀਂ ਹੈ, ਠੀਕ ਹੈ ਨਾ, ਮੇਰਾ ਮੁਲਾਜ਼ਮ ਕਰਾਤਾ। ਨਹੀਂ, ਤੁਸੀਂ ਫੌਜੀ ਆਦਮੀ ਸੀ, ਤੁਸੀਂ ਠੀਕ ਹੈ ਡਰਿੰਕ ਕਰਦੇ ਸੀ, ਅਤੇ ਜਿਹੜੇ ਉਸ ਵਕਤ ਦੇ ਜਿਹੜੇ ਪੁਲਿਸ ਅਫਸਰ ਮੰਨੇ ਜਾਂਦੇ ਆ, ਫਿਰ ਉਹ ਵੀ ਡਰਿੰਕ ਕਰ ਗਏ, ਜਿਹੜਾ ਤਸ਼ੱਦਦ ਕਰਦੇ ਸੀ ਨੌਜਵਾਨਾਂ ਦੇ ਉੱਪਰ, ਜਥੇਦਾਰ ਸਾਹਿਬ ਦੇ ਉੱਪਰ ਵੀ ਤੁਸੀਂ ਕਹਿੰਦੇ ਹੋ ਤਸ਼ੱਦਦ ਕਰਦੇ ਰਹੇ ਨੇ। ਮੈਂ ਕਹਿੰਦਾ ਜੀ, ਇੱਕ ਸਿਪਾਹੀ ਤੋਂ ਲੈ ਕੇ SSB ਤੱਕ ਰਾਤ ਨੂੰ ਡਰਿੰਕ ਕਰਦੇ ਆ, ਇਹ ਕੋਈ ਬੰਦਾ 100 ਦੇ ਵਿੱਚੋਂ 1% ਜਿਹੜਾ ਡਰਿੰਕ ਨਾ ਕਰਦਾ ਹੋਊਗਾ, ਨਹੀਂ ਤਾਂ ਰਾਤ ਨੂੰ ਇਹਨਾਂ ਦੀਆਂ ਬੋਤਲਾਂ ਖੁੱਲ੍ਹੀਆਂ ਆਉਂਦੀਆਂ 9 ਵਜੇ ਤੋਂ ਬਾਅਦ, ਕਿਉਂ ਇਹਨਾਂ ਕੋਲ ਕੋਈ ਜਾ ਨਹੀਂ ਸਕਦਾ ਰਾਤ ਨੂੰ, ਜੋ ਆਪਦੇ ਕਮਰੇ 'ਚ ਮਰਜ਼ੀ ਕਰੀ ਜਾਣਾ। ਇਹ ਸ਼ਰਾਬ ਪੀ ਕੇ ਹੀ ਇਹ ਇਹੋ ਜਿਹੀਆਂ ਬਦਫੈਲੀਆਂ ਕਰਦੇ ਸੀ ਇਹ। ਉਸ ਵੇਲੇ ਤਾਂ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਉੱਪਰ ਤਸ਼ੱਦਦ ਕੀਤਾ ਜਾਂਦਾ ਹੈ ਜਾਂ ਦਰਿਆ ਦੇ ਵਿੱਚ ਜਥੇਦਾਰ ਸਾਹਿਬ ਦੀ ਜਿਹੜੀ ਦੇਹ ਹੈ ਉਹਨੂੰ ਸਪੁਰਦ ਕੀਤਾ ਜਾਂਦਾ ਹੈ, ਕਿਹੜੇ ਕਿਹੜੇ ਸੀ ਪੁਲਿਸ ਮੁਲਾਜ਼ਮ, ਯਾਦ ਹੈ ਕੁਝ? ਨਹੀਂ, ਮੇਰੇ ਇੱਕੋ ਯਾਦ ਹੈ, ਜਿਹੜਾ ਸਿਪਾਹੀ ਤਰਸੇਮ ਸਿੰਘ ਮੇਨ ਬੰਦਾ, ਉਹ ਕੈਟ ਦਾ ਕੰਮ ਵੀ ਕਰਦਾ ਸੀਗਾ, ਸਿਵਲ ਕੱਪੜੇ 'ਚ ਰਹਿੰਦਾ ਹੁੰਦਾ ਸੀਗਾ, ਸਿਪਾਹੀ ਵੀ ਸੀ ਉਹ। ਉਹ ਜਦੋਂ ਇਹ ਗੱਲ ਹੋ ਗਈ ਅਤੇ ਉਹਦੀ ਸਰਵਿਸ ਕੱਟੀ ਗਈ 6 ਮਹੀਨੇ ਦੀ, ਕਾਗਜ਼ਾਂ ਦੇ ਵਿੱਚ ਵੀ ਤੂੰ ਗੁਰਦੇਵ ਸਿੰਘ ਨੂੰ ਭਜਾ ਤਾ, ਕਹਿੰਦੇ ਹਥਿਆਰਾਂ ਦੀ ਬਰਾਮਦੀ ਵਾਸਤੇ ਗਏ ਸੀਗੇ, ਰਸਤੇ 'ਚ ਅਣਪਛਾਤੇ ਖਾੜਕੋਂ ਨੇ ਹਮਲਾ ਕਰਤਾ, ਤਰਸੇਮ ਸਿੰਘ ਦੀ ਪੇਟੀ ਤੋੜ ਕੇ ਘੋਂਕੇ ਭੱਜ ਗਿਆ। ਭਾਈ ਸਾਹਿਬ, ਉਹ ਇੱਕ ਸੂਤ ਦੀ ਪੇਟੀ ਹੁੰਦੀ ਆ ਇੰਨੀ ਮੋਟੀ, ਇੱਥੇ ਲੋਕ ਵਾਂਗੂ ਲੋਕ ਹੁੰਦਾ ਉਹਦੇ, ਪਾਈ ਵੀ ਆ ਹੱਥਕੜੀ, ਕਹਿੰਦੇ ਭਾਈ ਸਾਹਿਬ ਦੇ ਹੱਥਾਂ ਨੂੰ ਹੱਥਕੜੀ ਪੁੱਠੀ ਲਾਈ ਵੀ ਆ ਪੇਲੇ ਪਾਸੇ ਹੱਥ ਕਰਕੇ। ਪਰ ਮੈਂ ਇਹ ਕਹਿੰਦਾ 20-25 ਤੋਂ ਲੈ ਕੇ 31 ਤੱਕ ਸ਼ਾਮ ਕਪਾਹ ਵਾਂਗੂ ਝੰਬਿਆ ਹੋਇਆ ਬੰਦਾ, ਚੱਡੇ ਪਾੜੇ ਹੋਣ, ਨੀਲਾ ਹੋਇਆ ਵਿਆ ਹੋਵੇ, ਲੱਤਾਂ ਤੋੜੀਆਂ ਹੋਣ, ਉਹ ਭੱਜ ਕਿਵੇਂ ਸਕਦਾ? ਕੋਈ ਹੈ ਜਵਾਬ ਕਿਸੇ ਕੋਲ ਇਹਨਾਂ ਗੱਲਾਂ ਦਾ? ਮੇਰੇ ਬਿਆਨ ਰਾਮ ਨਾਰਾਇਣ ਕੁਮਾਰ, ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀ, ਉਹ ਚੰਡੀਗੜ੍ਹ ਰਹਿ ਰਹੇ ਸੀ, ਉਹਨਾਂ ਦੀ ਪੁਸਤਕ ਟੈਰਿਸਟ ਇਨ ਪੰਜਾਬ, ਉਹਦੇ ਵਿੱਚ ਪੂਰਾ ਚੈਪਟਰ ਆ ਭਾਈ ਗੁਰਦੇਵ ਸਿੰਘ ਕਿਉਂਕਿ ਤਾਂ ਮੇਰਾ ਵੇਰਵਾ ਦਿੱਤਾ ਉਹਨਾਂ ਨੇ, ਅਤੇ ਫਿਰ ਮੈਨੂੰ ਝੂਠਾ ਕਿਵੇਂ ਕਹਿ ਸਕਦਾ ਕੋਈ ਵੀ ਦਰਸ਼ਨ ਸਿੰਘ ਤਾਂ ਝੂਠਾ ਵਾ? ਹਾਂ, ਬਿਆਨਾਂ 'ਚ ਫਰਕ ਪੈ ਸਕਦਾ, ਕਿਉਂ ਪੈ ਸਕਦਾ? ਅੱਜ ਮੈਂ ਤੁਹਾਡੇ ਸਾਹਮਣੇ ਬਿਆਨ ਦੇ ਰਿਹਾ, ਜੇ ਤੁਸੀਂ 4 ਮਹੀਨਿਆਂ ਨੂੰ ਆ ਕੇ ਫਿਰ ਬਿਆਨ ਲਵੋਗੇ
मेरे इन्हों बयान के उन्नी एक जरूर एक अद्धी लैन का फर्क पै जू पैसा तक नहीं उस टाइम तो मेरे दिमाग से प्रैशर सी भी मैंने तो भगौड़ा करता इन्होंने। फिर पहली बार बयान कदों दिने बयान 1998 के बच्चे कि जगह इतों मैं 12 मई का दिन से इतों मैं काम से कोई लुधियाने कोर्ट के बच्चे उत्ते एडवोकेट से अपने सू बलबीर सिंह सूच ये मेरे मित्र से ये मैनू कहिंदे भी आ जा तैनू सैमीनार दिखा के लिआउणा भी कम आपां बाद च करदे आ। ਉਹ ਸੈਮੀਨਾਰ ਹੋਇਆ ਸੀ ਧਵਨ ਪੈਲਸ ਦੇ ਵਿੱਚ ਲੁਧਿਆਣੇ ਉੱਥੇ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਅਤੇ ਭਾਈ ਸੁੱਖੀ ਇਹਨਾਂ ਦਾ ਬੜਾ ਸਾਰਾ ਬੋਰਡ ਲੱਗਿਆ ਹੋਇਆ ਸੀ ਉੱਤੇ ਇਹ ਅਮਰੀਕਾ ਦੀਆਂ ਜੇਲ੍ਹਾਂ 'ਚ ਬੰਦ ਸੀ ਇਹ ਮੈਂ ਬਲਵੀਰ ਸਿੰਘ ਸੂਚ ਨੂੰ ਆਖਿਆ ਮੈਂ ਯਾਰ ਭਾਈ ਗੁਰਦੇਵ ਸਿੰਘ ਕਿਉਂਕਿ ਉਹਨਾਂ ਮੇਰੇ ਸਾਹਮਣੇ ਮਾਰਿਆ ਸੀ ਮੈਨੂੰ ਕਹਿੰਦਾ ਯਾਰ ਪੰਥ ਦੀ ਸੇਵਾ ਜੇ ਤੂੰ ਇਹ ਕਰਲ ਕੱਢ ਦੇ ਮੈਂ ਪੰਥ ਦੀ ਬਹੁਤ ਵੱਡੀ ਸੇਵਾ ਹੋਊਗੀ ਮੈਂ ਯਾਰ ਮੇਰੇ ਪਰਿਵਾਰ ਨੂੰ ਮਾਰਨਗੇ ਕਹਿੰਦੇ ਨਹੀਂ ਹੁਣ ਭਾਰਤ ਰਾਜ ਆ ਉਸ ਵੇਲੇ ਤੁਹਾਡੇ ਕਿਉਂ ਜਿਹੜਾ ਸੀ ਮਨ ਦੇ ਵਿੱਚ ਬਾਲ ਉੱਠਿਆ ਕਿ ਜਥੇਦਾਰ ਸਾਹਿਬ ਬਾਰੇ ਕੁਝ ਦੱਸਣਾ ਚਾਹੀਦਾ ਹਾਂ ਕੁਝ ਦੱਸਣਾ ਚਲ ਮੈਂ ਸਟੇਜ ਸੈਕਟਰੀ ਕੋਲ ਚਲਿਆ ਗਿਆ ਸ਼ਾਇਦ ਅਵਤਾਰ ਸਿੰਘ ਗਿੱਲ ਸੀ ਐਡਵੋਕੇਟ ਸਟੇਜ ਸੈਕਟਰੀ ਉੱਥੇ ਮੰਚ 'ਤੇ ਬੈਠੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜਸਵੀਰ ਸਿੰਘ ਰੋਡੇ ਬੀਬੀ ਬਲਾਰਾ ਇਹ ਮੈਨੂੰ ਬਾਅਦ 'ਚ ਪਤਾ ਲੱਗਦਾ ਵੀ ਉਹ ਬੰਦੇ ਸੀਗੇ ਉੱਤੇ ਜਾਂ ਕਿਉਂ ਮੈਂ ਕਿਤੇ ਬਾਹਰ ਨਿਕਲਿਆ ਨਹੀਂ ਸੀ ਕਿਸੇ ਨੂੰ ਜਾਣਨਾ ਨਹੀਂ ਸੀ ਆਮ ਪੇਂਡੂ ਬੰਦੇ ਅੱਜ ਤਾਂ ਚਲੋ ਉਹਨਾਂ ਨੇ ਮੈਨੂੰ ਟਾਈਮ ਦੇ ਦਿੱਤਾ ਫਿਰ ਮੈਂ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੋ ਭਾਈ ਸਾਹਿਬ 'ਤੇ ਜੁਰਮ ਹੁੰਦਾ ਰਿਹਾ ਉਹ ਮੈਂ ਬਿਆਨ ਕੀਤਾ ਉੱਥੇ ਉਹ ਵੀ ਔਨ ਰਿਕਾਰਡ ਦਰਜ ਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫਰਾਰ ਕਰਤਾ ਚੰਡੀਗੜ੍ਹ ਚਲੇ ਗਏ ਸੀ ਚੰਡੀਗੜ੍ਹ ਉੱਥੇ ਮੈਨੂੰ ਜਸਟਰ ਕੁਲਦੀਪ ਸਿੰਘ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ ਅਮਰ ਸਿੰਘ ਚਾਹਲ ਐਡਵੋਕੇਟ ਨਮਕਿਰਨ ਸਿੰਘ ਐਡਵੋਕੇਟ ਅਤੇ ਹੋਰ ਵੀ ਮਤਲਬ ਸੀ ਭਾਈ ਜਸਵੀਰ ਸਿੰਘ ਰੋਡੇ ਉੱਥੇ ਇਹਨਾਂ ਨੇ ਇੱਕ ਮੀਟਿੰਗ ਬੁਲਾਈ ਕਿਸੇ ਹੋਟਲ ਦੇ ਵਿੱਚ ਉੱਥੇ ਪੱਤਰਕਾਰ ਸੱਦੇ ਆ ਜਦੋਂ ਪੱਤਰਕਾਰ ਮੈਨੂੰ ਪੁੱਛਣ ਲੱਗੇ ਅਤੇ ਭਾਈ ਕੁਲਦੀਪ ਜਿਹੜੇ ਸੀਗੇ ਆਪਣੇ ਜਸਟਿਸ ਕੁਲਦੀਪ ਸਿੰਘ ਇਹ ਕਹਿੰਦੇ ਵੀ ਹੁਣ ਅਸੀਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਜਦੋਂ ਕੋਈ ਇਨਕੁਆਇਰੀ ਹੋਊਗੀ ਉਦੋਂ ਵੇਖਾਂਗੇ ਇਹਨਾਂ ਨੇ ਫਿਰ ਮੈਨੂੰ ਬਾਦਲ ਸਾਹਿਬ ਨੇ ਪੇਸ਼ ਕੀਤਾ ਇਹਨਾਂ ਦੀ ਕੋਠੀ ਚੰਡੀਗੜ੍ਹ ਉੱਥੇ ਸਰਦਾਰ ਮਾਨ ਸਾਹਿਬ ਭਾਈ ਜਸਵੀਰ ਸਿੰਘ ਡੀ ਐਸ ਗਿੱਲ ਨਵਕਿਰਨ ਸਿੰਘ ਐਡਵੋਕੇਟ ਰਾਮ ਨਰਾਇਣ ਕੁਮਾਰ ਜਿੰਨਾ ਵੀ ਮਨੁੱਖੀ ਅਧਿਕਾਰ ਸੰਗਠਨ ਬਣਿਆ ਸੀ ਹਾਂ ਅਤੇ ਉੱਥੇ ਫਿਰ ਬਾਦਲ ਸਾਹਿਬ ਨੇ ਸਾਨੂੰ ਗੱਲ ਦਿੱਤੀ ਇੱਕ ਕਹਿੰਦੇ ਮੈਂ ਵੀ ਟੈਲੀਫੋਨ ਕੀਤਾ ਸੀਗਾ ਸਵਰਨ ਸਿੰਘ ਘੋੜੇ ਨੂੰ ਬਾਦਲ ਸਾਹਿਬ ਇਹ ਗੱਲ ਮੰਨੇ ਬਿਲਕੁਲ ਮੰਨਿਆ ਜੀ ਚਲੋ ਅੱਜ ਉਹ ਦੁਨੀਆ 'ਤੇ ਨਹੀਂ ਆਪਾਂ ਕਹਿ ਨਹੀਂ ਸਕਦੇ ਲੇਕਿਨ ਉਹ ਸਾਰਿਆਂ ਦੇ ਸਾਹਮਣੇ ਇਹ ਗੱਲ ਮੰਨੇ ਆ ਜਿੰਨੀ ਵੀ ਪਾਰਟੀ ਸਾਡੀ ਸੀਗੀ ਉਹਨਾਂ ਨੇ ਉੱਥੋਂ ਗਾਲ ਦੇ ਤੀ ਮੈਨੂੰ ਉਹ ਕਹਿੰਦੇ ਵੀ ਅਸੀਂ ਸਵਰਨ ਸਿੰਘ ਨੂੰ ਫੋਨ ਕੀਤਾ ਸੀਗਾ ਵੀ ਭਾਈ ਸਾਹਿਬ ਨੂੰ ਘਰ ਦੀ ਰੋਟੀ ਅਤੇ ਕੱਪੜਾ ਲੀੜਾ ਦਿੱਤਾ ਜਾਵੇ ਵੀ ਜਦੋਂ ਬੇਅੰਤ ਸਿੰਘ ਦੀ ਸਰਕਾਰ ਆ ਜਥੇਦਾਰ ਸਾਹਿਬ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਬਾਦਲ ਸਾਹਿਬ ਉਸ ਵਕਤ ਫੋਨ ਕਰਦੇ ਵੀ ਜਥੇਦਾਰ ਸਾਹਿਬ ਨੂੰ ਰੋਟੀ ਕੱਪੜਾ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਲੇਕਿਨ ਉਹ ਸਾਬਕਾ ਮੁੱਖ ਮੰਤਰੀ ਸੀ ਅਕਾਲੀ ਦਲ ਦਾ ਪ੍ਰਧਾਨ ਸੀ ਕਿਤੇ ਨਾ ਕਿਤੇ ਮਨ ਦੇ ਵਿੱਚ ਸਵਾਲ ਨਹੀਂ ਪੈਦਾ ਹੁੰਦਾ ਕਿ ਬਾਦਲ ਸਾਹਿਬ ਨੇ ਇਸ ਗੱਲ ਨੂੰ ਕਿਉਂ ਨਾ ਚੁੱਕਿਆ ਵੀ ਕੌਮ ਦਾ ਜਥੇਦਾਰ ਤਾਂ ਬਿਨਾਂ ਦੋਸ਼ ਤੋਂ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਰੱਖ ਕੇ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਇਹਦਾ ਜਥੇਦਾਰ ਮੰਨਦੇ ਨਹੀਂ ਉਹਨਾਂ ਨੂੰ ਜੇ ਇਹਨਾਂ ਨੂੰ ਜਥੇਦਾਰ ਮੰਨਦੇ ਹੁੰਦੇ ਤਾਂ 13 ਸਾਲ ਬਾਦਲ ਸਰਕਾਰ ਰਹੀ ਆ 97 ਤੋਂ ਲੈ ਕੇ ਤਾਂ ਉਹਨਾਂ ਦਾ ਕਤਲ ਕੇਸ ਕਢਵਾ ਸਕਦੇ ਸੀ ਇਹ ਦੂਜੀ ਗੱਲ ਬਈ ਜੇ ਸਵਰਨ ਸਿੰਘ ਨੂੰ ਦਬਕਾ ਮਾਰ ਦਿੰਦਾ ਨਾ ਪ੍ਰਕਾਸ਼ ਸਿੰਘ ਬਾਦਲ ਅਤੇ ਸਵਰਨ ਸਿੰਘ ਦੀ ਕੀ ਹੈਸੀਅਤ ਸੀ ਵੀ ਉਹਨੂੰ ਮਾਰ ਜਾਂਦਾ ਉਹ ਅਕਸਰ ਮੁੱਖ ਮੰਤਰੀ ਪੰਜਾਬ 'ਚ ਰਿਹਾ ਹੋਇਆ ਸੀ ਬਾਦਲ ਸਾਹਿਬ ਨੂੰ ਫਕਰੇ ਕੌਮ ਕਿਹਾ ਜਾਂਦਾ ਫਿਰ ਉਹਨਾਂ ਭੂਮਿਕਾ ਨਿਭਾਈ ਨਹੀਂ ਬਣਦੀ ਆਪਣੀ ਨਹੀਂ ਵੀ ਨਿਭਾਈ ਫਕਰੇ ਕੌਮ ਤਾਂ ਆਪ ਹੀ ਲੈਣ ਵਾਲੇ ਆਪ ਹੀ ਦੇਣ ਵਾਲੇ ਆ ਆਪ ਹੀ ਲੈਣ ਵਾਲੇ ਆ ਆਪ ਹੀ ਦੇਣ ਵਾਲੇ ਆ ਗੁਰਬਚਨ ਸਿੰਘ ਵਰਗੇ ਜਥੇਦਾਰ
अच्छा एक गल होर आ गई, कल ही अपने मखू साहब एक पत्रकार ने शायद लुधियाने रहिंदे आ, उन्हां दी भाई गोपाला जी नाल एक इंटरव्यू आ रही आ, उहदे विच उह पुछदे आ वी स्वर्ण सिंह घूणे दे अखंड पाठ किहने करवाया सी। ਉਹ ਭਾਈ ਗੋਪਾਲਾ ਜੀ ਉਹਨੂੰ ਜਵਾਬ ਦਿੰਦੇ ਨੇ, ਉਹ ਕਹਿੰਦੇ ਸਾਡੀ ਕੌਮ ਦਾ ਜਥੇਦਾਰ ਗੁਰਬਚਨ ਸਿੰਘ ਉਹਨਾਂ ਦੇ ਘਰ ਗਿਆ ਸੀਗਾ, ਉਹਨਾਂ ਨੂੰ 50,000 ਰੁਪਈਆ ਔਨ ਰਿਕਾਰਡ ਆ ਮੋਬਾਇਲ ਦੇ ਵਿੱਚ, ਬਹੂ ਸਾਹਿਬ ਦੀ ਇੰਟਰਵਿਊ ਅਤੇ ਭਾਈ ਗੋਪਾਲਾ ਸਾਹਿਬ ਦੀ ਇੰਟਰਵਿਊ। ਉਹ ਕਹਿੰਦੇ ਜਥੇਦਾਰ ਨੂੰ 50,000 ਰੁਪਈਆ ਦਿੱਤਾ ਘੂਣੇ ਦੇ ਪਰਿਵਾਰ ਨੇ, ਜਲੰਧਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਚੱਲ ਰਿਹਾ ਸੀਗਾ। ਜਦੋਂ ਭਾਈ ਗੋਪਾਲੇ ਨੂੰ ਪਤਾ ਲੱਗਿਆ, ਇਹਨਾਂ ਨੇ ਇੱਕ ਬੰਦਾ ਨਾਲ ਹੋਰ ਲਿਆ ਆਪਦੇ, ਗੁਰਦੁਆਰਾ ਸਾਹਿਬ ਆ ਗਏ। ਗੁਰਦੁਆਰਾ ਆਉਣ ਤੋਂ ਬਾਅਦ ਉਹ ਕਹਿੰਦੇ ਵੀ ਇਹ ਪਾਠ ਕਿਹਦਾ ਚੱਲ ਰਿਹਾ? ਉਹ ਕਹਿੰਦੇ ਜੀ ਐਂ ਕਰਕੇ ਸਵਰਨ ਸਿੰਘ ਘੂਰਨੇ ਦਾ ਚੱਲ ਰਿਹਾ। ਉਹ ਕਹਿੰਦਾ ਵੀ ਇਹਨੇ ਤੁਹਾਡੀ ਕੌਮ ਦਾ ਜਥੇਦਾਰ ਮਾਰਤਾ ਅਤੇ ਤੁਸੀਂ ਇਹਦਾ ਅਖੰਡ ਪਾਠ ਰੱਖੀ ਬੈਠੇ ਹੋ। ਉੱਥੋਂ ਦੀ ਜਿਹੜੀ ਮੈਨੇਜਮੈਂਟ ਸੀਗੀ, ਮੈਂਬਰ ਸੀ ਜਿਹੜੇ, ਉਹ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਨੂੰ ਕਹਿ ਗਿਆ, ਤੂੰ ਕੌਣ ਆ ਰੋਕਣ ਵਾਲਾ? ਇਹ ਗੱਲ ਵੀ ਇਹਦੇ ਵਿੱਚ ਔਨ ਰਿਕਾਰਡ ਆ ਇਹਨਾਂ ਦੀ ਇੰਟਰਵਿਊ ਦੇ ਵਿੱਚ। ਵੀ ਗੋਪਾਲਾ ਸਾਹਿਬ ਇਸ ਗੱਲ ਦੀ ਗਵਾਹੀ ਭਰਦੇ ਕਿ ਗਿਆਨੀ ਗੁਰਬਚਨ ਸਿੰਘ ਨੇ ਜਿਹੜਾ ਸੀ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਘੋਟਨੇ ਦੇ ਪਰਿਵਾਰ ਕੋਲੋਂ ਅਖੰਡ ਪਾਠ ਸਾਹਿਬ ਰੱਖਣ ਬਦਲੇ 50,000 ਰੁਪਏ ਲਿਆ ਉਹਨਾਂ ਨੇ, ਉਹ ਭਾਈ ਗੋਪਾਲਾ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਉਹ ਕਹਿ ਰਹੇ ਨੇ। ਉਸ ਤੋਂ ਬਾਅਦ ਉੱਥੇ ਪੁਲਿਸ ਬੁਲਾ ਲਈ ਉਹਨਾਂ ਨੇ ਗੁਰਦੁਆਰੇ, ਇੱਕ ਬੰਦਾ ਇਹਨਾਂ ਦੇ ਨਾਲ ਸ਼ਾਇਦ ਹੋਰ ਸੀ, ਉਹ ਵੀ ਨਾਂ ਲੈਂਦੇ ਆ, ਇਹਨਾਂ ਨੂੰ ਇੱਕ ਦਫ਼ਤਰ ਦੇ ਵਿੱਚ ਬਿਠਾ ਤਾ। ਫਿਰ ਆ ਗਈ ਪੁਲਿਸ, ਪੁਲਿਸ ਖਿੱਚਾ ਤੂੰ ਕਰਨ ਲੱਗ ਗਈ। ਉਹ ਕਹਿੰਦੇ ਅਸੀਂ ਤਾਂ ਗੁਰਦੁਆਰੇ ਬੈਠੇ ਹਾਂ, ਕੋਈ ਅਪਰਾਧੀ ਨਹੀਂ ਅਸੀਂ। ਫਿਰ ਦੱਸਦੇ ਇਹਨਾਂ ਨੂੰ ਜੇਲ੍ਹ ਭੇਜਤਾ ਸੀਗਾ, ਭਾਈ ਗੋਪਾਲਾ ਜੀ ਅਤੇ ਦੂਸਰਾ ਜਿਹੜਾ ਸਿੰਘ ਸੀ ਨਾਲ ਇਹਦੇ, ਅਤੇ ਫਿਰ ਜੇਲ੍ਹ 'ਚੋਂ ਭਾਈ ਜਸਵੀਰ ਸਿੰਘ ਹੁਣੀ ਇਹਨਾਂ ਨੂੰ ਮਿਲਣ ਜਾਂਦੇ ਆ, ਉਹ ਛਡਾ ਕੇ ਲਿਆਉਂਦੇ ਆ ਇਹਨਾਂ ਨੂੰ। ਕਦੇ ਤੁਹਾਨੂੰ ਅਜੀਬ ਜਿਹੀ ਗੱਲ ਨਹੀਂ ਲੱਗਦੀ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਕੌਂਕੇ ਸਾਹਿਬ ਦਮਦਮੀ ਟਕਸਾਲ ਦੇ ਜਿਹੜਾ ਵਿਦਿਆਰਥੀ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਤੇ ਦਮਦਮੀ ਟਕਸਾਲ ਦੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਹੁਤ ਵੱਡੀ ਭੂਮਿਕਾ ਹੋਣੀ ਚਾਹੀਦੀ ਸੀ ਜਥੇਦਾਰ ਸਾਹਿਬ ਦੇ ਇਨਸਾਫ ਵਾਸਤੇ? ਉਹ ਕਹਿ ਸਕਦੇ ਸੀ ਵੀ ਸਾਡੀ ਕੌਮ ਨੇ ਜਥੇਦਾਰ ਦਾ ਕਾਤਲ ਆ, ਠੁੱਡ ਮਾਰਨਾ 50,000 ਨੂੰ। ਫਿਰ ਸ਼੍ਰੋਮਣੀ ਕਮੇਟੀ ਨੇ ਭਾਈ ਬਟਾਲਾ ਜੀ ਹੈ ਕਿ ਕੀਰਤਨੀਆ, ਉਹਨੂੰ ਹੁਕਮ ਦਿੱਤਾ ਵੀ ਤੂੰ ਜਾ ਕੇ ਸਵਰਨ ਸਿੰਘ ਘੂਣੇ ਦੇ ਪਾੜ ਦੇ ਉੱਤੇ ਕੀਰਤਨ ਕਰਕੇ ਆ, ਭਾਈ ਬਡਾਲਾ ਨੂੰ ਜਦੋਂ ਮਰਜ਼ੀ ਪੁੱਛ ਲਓ ਜਾ ਕੇ। ਉਹ ਕਹਿੰਦੇ ਅਸੀਂ ਨਹੀਂ ਕਰਨਾ, ਉਹਨਾਂ ਨੇ ਨਹੀਂ ਕੀਤਾ। ਜਦ ਸਾਡੀ ਕੌਮ ਦਾ ਜਥੇਦਾਰੀ 50,000 'ਚ ਬਹਿ ਗਿਆ ਇੱਕ ਕਾਤਲ ਜਥੇਦਾਰ ਦੇ ਕਾਤਲ ਦੇ ਪਿੱਛੇ, ਅਤੇ ਫਿਰ ਸਾਡੀ ਕੌਮ ਦਾ ਕੀ ਬਣਨਾ? ਕੁਛ ਨਹੀਂ ਬਣਦਾ। ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਕਮ ਦਿੰਦੀ ਆ ਆਪਣੇ ਰਾਗੀ ਜੱਥੇ ਨੂੰ ਪਾਠ ਰਖਵਾਇਆ, ਜਿਹੜੇ 13 ਸਾਲ ਕੀ ਮਤਲਬ 50 ਸਾਲ ਸੁੱਤੇ ਰਹੇ ਸ਼੍ਰੋਮਣੀ ਕਮੇਟੀ। ਚੋਰ ਸਾਹਿਬ ਲਾ ਲਓ ਵੀ ਜਦ ਦੀ ਅਸੀਂ ਸੋਟੋ ਸੰਭਲੀ ਆ, ਕਮੇਟੀ ਬਦਲਦੀ ਬਦਲਦੀ, ਹੁਣ ਇਹਨੂੰ ਤਾਂ 11 ਸਾਲ ਹੋ ਗਏ ਕਮੇਟੀ ਨੂੰ। ਠੀਕ ਹੈ ਨਾ, ਇਹਨਾਂ ਦਾ ਫਰਜ਼ ਬਣਦਾ ਸੀ। ਜਥੇਦਾਰ ਕੌਂਕੇ ਸਾਹਿਬ ਦੇ ਜਿਹੜੇ ਕਾਤਲ ਪੁਲਿਸ ਅਫਸਰ ਰਹੇ ਨੇ, ਉਹਨਾਂ ਦੇ ਨਾਲ ਕਦੇ ਮਿਲਾਪ ਹੋਇਆ ਤੁਹਾਡਾ ਉਸ ਤੋਂ ਬਾਅਦ? ਮਿਲਾਪ ਹੀ ਹੈ, ਇਹਨੇ ਸਵਰਨ ਸਿੰਘ ਘੂਟਣੇ ਨੇ ਮੈਨੂੰ ਸੱਦਿਆ ਸੀ। ਕਿੱਥੇ? ਬੁੱਗੀਪੁਰੇ ਰੋਡ ਤੋਂ, ਆਪਣੇ ਫਿਰੋਜ਼ਪੁਰ ਰੋਡ ਆ ਨਾ ਜਿਹੜੀ ਲੁਧਿਆਣੇ ਨੂੰ ਜਾਂਦੀ ਆ, ਅੱਗੇ ਇੱਕ ਸਰਕਟ ਹਾਊਸ ਆਉਂਦਾ, ਰੈਸਟ ਹਾਊਸ PWD ਦਾ, ਉੱਥੇ ਸੱਦਿਆ ਸੀ ਇਹਨਾਂ ਨੇ ਮੈਨੂੰ। ਕੀ ਕਹਿੰਦੇ ਬੁਲਾ ਕੇ? ਜਦੋਂ ਮੈਂ ਗਿਆ ਇੱਥੇ, ਸਾਡੇ SI ਅਸ਼ਵਨੀ ਕੁਮਾਰ ਹੁੰਦਾ ਸੀਗਾ, ਉਹ ਮੈਨੂੰ ਘਰੋਂ ਲੈਣ ਵਾਸਤੇ ਆਇਆ, ਕਹਿੰਦਾ ਜੀ ਮਿਲ ਲਓ ਇੱਕ ਵਾਰੀ। ਮੈਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਕਹਿੰਦੇ ਹਾਂ ਮੈਂ ਜ਼ਿੰਮੇਵਾਰੀ ਲੈਂਦਾ। ਚਲੋ ਚਲੇ ਗਏ ਅਸੀਂ, 10-11 ਵਜੇ ਪਹੁੰਚ ਗਏ ਉੱਤੇ, ਅਤੇ ਮੇਰੇ ਜਾਂਦੇ ਨੂੰ ਇੱਕ ਕਮਰੇ ਦੇ ਵਿੱਚ ਬੈਠੇ ਸੀ, ਚਾਹ ਮੰਗਾ ਲਈ ਉਹਨਾਂ ਨੇ, ਮੈਂ ਫਤਿਹ ਬੁਲਾਤੀ, ਸਤਿ ਸ਼੍ਰੀ ਅਕਾਲ ਬੁਲਾਤੀ ਉਹਨਾਂ ਨੂੰ, ਮੇਰਾ ਫਰਜ਼ ਜਵਾਨ ਦਾ, ਚਲੋ ਸੀਨੀਅਰ ਸੀ, ਬਜ਼ੁਰਗ ਸੀ। ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਦਰਸ਼ਨ ਸਿੰਘ ਵੀ ਤੁਸੀਂ ਸਾਫ ਦਿਲ ਨਾਲ ਆਇਓ ਮੇਰੇ ਕੋਲ। ਬਿਲਕੁਲ ਸਹੀ ਗੱਲ ਆ, ਮੈਂ ਹਾਂ ਜੀ ਸਾਫ ਦਿਲ ਨਾਲ ਆਇਆ। ਕਹਿੰਦਾ ਫਿਰ ਸਾਨੂੰ ਮਾਫ਼ ਕਰ ਦੇ। ਮੈਂ ਜੀ ਮੈਂ ਕਿਸ ਤਰ੍ਹਾਂ ਮਾਫ਼ ਕਰ ਸਕਦਾ, ਅੱਖਾਂ 'ਚੋਂ ਪਰਲ ਪਰਲ ਹੰਝੂ, ਐਡੀਆਂ ਐਡੀਆਂ ਮੋਟੀਆਂ ਗਿੰਨੀਆਂ ਹੋਈਆਂ ਪਈਆਂ। ਕਹਿੰਦਾ ਵੀ ਬੁੱਢੇ ਬਾਰੇ ਹੱਥ ਕੜੀ ਨਾ ਲਵਾ ਮੇਰੇ।
ਮੈਂ ਜੀ ਮੇਰੀ ਤਾਂ ਬਸ ਦੀ ਗੱਲ ਨਹੀਂ ਹੁਣ। ਇਹ ਕਹਿੰਦਾ ਆ ਪਿਆ ਬੈਗ, ਇਹ 'ਚ ਪੈਸੇ ਆ, ਲੈ ਲਾ, ਪਸੰਦ ਮਾਫ਼ ਕਰ ਦੇ। ਨਾਲ ਹੀ ਜਦੋਂ ਰਿਵਾਲਵਰ ਕੱਢ ਕੇ ਰੱਖਿਆ ਨਾ, ਮੈਂ ਤੜਪ ਕੇ ਇੱਕਦਮ ਪਿੱਛੇ ਹੋ ਗਿਆ। ਮੈਂ ਕਿਤੇ ਮੇਰੇ ਗੋਲੀ ਨਾ ਮਾਰ ਦੇ, ਕਿਉਂ ਦੁਸ਼ਮਣ ਦਾ ਕੋਈ ਪਤਾ ਨਹੀਂ, ਮੇਰਾ ਦੁਸ਼ਮਣ ਆ ਉਹ। ਅਤੇ ਮੈਂ ਤਾਂ ਇਹੋ ਜਿਹੇ ਇਨਸਾਨੀਅਤ ਮਿਲ ਕੇ ਆਇਆ ਉਹਨਾਂ ਨੂੰ। ਕਹਿੰਦਾ ਵੀ ਇਉਂ ਕਰ, SPD ਕਮਲਜੀਤ ਸਿੰਘ ਲੁਧਿਆਣੇ ਆ, ਕਹਿੰਦਾ ਵੀ ਮੈਂ ਉਹਨੂੰ ਫੋਨ ਕਰਦਾ ਨਾ, ਤੂੰ ਜਿਹੜਾ ਮੌਕੇ ਦਾ ਮਜਿਸਟਰੇਟ ਆ ਉਹਦੇ ਕੋਲ ਜਾ ਕੇ ਬਿਆਨ ਦੇ ਤੇ, ਵੀ ਮੈਂ ਤਾਂ ਕੁਝ ਦੇਖਿਆ ਹੀ ਨਹੀਂ ਉੱਥੇ, ਵੀ ਜਿਹੜੀ ਉਹ ਲਾਸ਼ ਪਈ ਸੀ ਉਹ ਤਾਂ ਕਿਸੇ ਹੋਰ ਦੀ ਸੀ। ਮੈਂ ਨਹੀਂ ਹੁਣ ਕਹਿ ਸਕਦਾ, ਵੀ ਬਿਆਨ ਦਰਜ ਕਰਵਾਉਣ ਬਦਲੇ ਪੈਸੇ ਲੈ ਲਓ, ਹਾਂਜੀ, ਅਤੇ ਜਾਂ ਫਿਰ ਜਿਹੜਾ ਮੈਨੂੰ ਗੋਲੀ ਮਾਰ ਦਿਓ ਆਪਣੇ। ਗੋਲੀ ਮਾਰ ਦਿਓ, ਇੱਕ ਗੱਲ ਕਰ ਲੱਗਾ ਮੈਂ ਜੀ, ਨਾ ਮੈਂ ਗੋਲੀ ਮਾਰਾਂ, ਮੈਂ ਕਿਉਂ ਕਲੰਕ ਤੂੰ। ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਜੇ ਮਾਫ਼ੀ ਮੰਗਣੀ ਹੈ ਤਾਂ ਸਿੱਖ ਪੰਥ ਕੋਲ? ਹਾਂਜੀ ਹਾਂ, ਮੈਂ ਉਹਨੂੰ ਇਹ ਆਖਿਆ ਵੀ ਜੇ ਮਾਫ਼ੀ ਮੰਗਣੀ ਹੈ ਤਾਂ ਸਾਡੇ ਅਕਾਲ ਤਖ਼ਤ ਸਾਹਿਬ ਦੇ, ਆਪਣੇ ਸਿੱਖਾਂ ਦਾ ਸਰਵੋੱਚ ਆ, ਉੱਥੇ ਚਲੇ ਜਾਓ, ਉੱਥੇ ਮਾਫ਼ੀ ਮੰਗ ਲਓ, ਸਿੱਖ ਕੌਮ ਮਾਫ਼ ਕਰਨ ਯੋਗ ਆ, ਮਾਫ਼ ਕਰ ਦੂਗੀ। ਉਹ ਕਹਿੰਦਾ ਫਿਰ ਤਾਂ ਅਸੀਂ ਅਪਰਾਧੀ ਮੰਨੇ ਜਾਵਾਂਗੇ। ਠੀਕ ਹੈ ਜੀ, ਚਲੋ ਫਿਰ ਉੱਥੋਂ ਅਸੀਂ ਆ ਗਏ। ਉਦੋਂ ਬਾਅਦ ਇੰਸਪੈਕਟਰ ਗੁਰਮੀਤ ਸਿੰਘ ਨੇ ਬੁਲਾਇਆ ਮੈਨੂੰ, ਮੰਡੀ ਗੋਬਿੰਦਗੜ੍ਹ ਦਫ਼ਤਰ ਹੁੰਦਾ ਸੀ ਦਾਣਾ ਮੰਡੀ ਦੇ ਵਿੱਚ, ਉਹਨੇ ਵੀ ਲਾਲਚ ਦਿੱਤਾ ਬਹੁਤ ਮੈਨੂੰ, ਪਰ ਨਹੀਂ। ਕਮਲਜੀਤ ਨੇ ਬੁਲਾਇਆ ਲੁਧਿਆਣੇ, ਇਹਨੇ ਵੀ ਲਾਲਚ ਦਿੱਤਾ, ਕਹਿੰਦਾ ਤੇਰੀ ਕੁੜੀ ਦਾ ਵਿਆਹ ਕਰ ਦਿੰਦੇ ਹਾਂ, ਫਲਾਨਾ ਕਰ ਦਿੰਦੇ ਹਾਂ, ਮੈਂ ਜਿਨ੍ਹਾਂ ਨੇ ਜੰਮੀਆਂ ਉਹਨਾਂ ਨੇ ਜਣੀਆਂ, ਉਹਨਾਂ ਨੂੰ ਬਣੀਆਂ, ਵਿਆਹ ਆਪੇ ਹੋ ਜਾਣਗੇ। ਜਿੱਦਾਂ ਮੈਂ ਬੇਟੀ ਦਾ ਵਿਆਹ ਕੀਤਾ, ਇੱਕ ਪੈਸਾ ਵੀ ਮੇਰੇ ਕੋਲ ਹੈ ਨਹੀਂ ਸੀਗਾ, ਇੱਕ ਪੈਸਾ ਵੀ ਜਿਹਨੂੰ ਕਹਿ ਦਿੰਦੇ ਹੁੰਦੇ ਆ, ਕਿਉਂ ਗਨਮੈਨ ਕੋਲ ਸੀ, ਉਹਨਾਂ ਦੀ ਰੋਟੀ ਦਾ ਖਰਚਾ, ਬੱਚਿਆਂ ਦਾ ਖਰਚਾ, ਮੇਰਾ ਆਪ ਦਾ ਖਰਚਾ। ਗਨਮੈਨ ਕਿੰਨੇ ਦਿੱਤੇ ਸੀ? ਬਾਦਲ ਸਾਹਿਬ ਨੇ 1 ਲੱਖ ਦੀ ਗਾਰਡ ਦਿੱਤੀ ਸੀ ਮੈਨੂੰ, ਅਤੇ ਉਹ ਗਾਰਡ ਨੇ ਮੈਨੂੰ ਇੰਨਾ ਤੰਗ ਕੀਤਾ, ਕੋਠੇ 'ਤੇ ਦਾਰੂ ਪੀ ਲਿਆ ਕਰਨ, ਗੰਦੇ ਗਾਣੇ ਗਾਇਆ ਕਰਨ, ਪਰਿਵਾਰ ਦੁਖੀ ਹੋਇਆ ਕਰੇ, ਆਸ ਗੁਆਂਢ ਮੇਰਾ ਹਿੰਦੂਆਂ ਦਾ ਪਰਿਵਾਰ ਨਾਲ ਗੁਆਂਢ ਆ, ਉਹ ਦੁਖੀ ਹੋਇਆ ਕਰਨ। ਬਾਦਲ ਸਾਹਿਬ ਨੇ ਗਨਮੈਨ ਤੁਹਾਨੂੰ ਸੁਰੱਖਿਆ ਵਾਸਤੇ ਦਿੱਤੇ ਸੀ ਜਾਂ ਫਿਰ ਜਿਹੜਾ ਤੁਹਾਡਾ ਕਿਰਦਾਰ ਪਿੰਡ ਦੇ ਵਿੱਚ ਇੱਕ ਵਧੀਆ ਕਿਰਦਾਰ ਬਣਿਆ ਹੋਇਆ ਉਸ ਨੂੰ ਵਿਗਾੜਨ ਵਾਸਤੇ ਦਿੱਤੇ ਸੀ? ਉਹ ਤਾਂ ਇਸੇ ਕਰਕੇ ਦਿੱਤੇ ਸੀ ਵੀ ਇਹਨੂੰ ਕਿਵੇਂ ਨਾ ਕਿਵੇਂ ਤੰਗ ਕਰੋ, ਇਹਨੂੰ ਕਿਵੇਂ ਨਾ ਕਿਵੇਂ, ਸ਼ਾਇਦ ਬਾਦਲ ਨੇ ਨਾ ਆਖਿਆ ਹੋਵੇ, ਲੇਕਿਨ ਮੌਕੇ 'ਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਤਾਂ ਇਹੀ ਸੋਚਦਾ ਜੀ ਮੈਨੂੰ ਤੰਗ ਕਰੋ, ਜਿੰਨਾ ਕਰਨਾ ਆਪੇ ਮੁੱਕਰੂਗਾ। ਠੀਕ ਹੈ ਨਾ, ਪਰ ਨਹੀਂ, ਜਿਹੜੀ ਗੱਲ ਜ਼ਬਾਨ 'ਚੋਂ ਕੱਢਤੀ ਕੱਢਤੀ, ਹੁਣ ਤਾਂ ਜਿਵੇਂ ਕਹਿੰਦੇ ਵੀ ਲਾਸਟ ਇਹ ਆ, 76 ਸਾਲ ਦੀ ਉਮਰ ਹੋ ਗਈ, ਹੋਰ ਪਤਾ ਨਹੀਂ ਜਿਉਣਾ ਕਨੀ ਮਰਨਾ। ਲੇਕਿਨ ਮੈਂ ਤੁਹਾਨੂੰ ਵੀਰ ਜੀ ਗੱਲ ਕਹਿੰਦਾ ਵੀ ਮੈਂ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਵਿੱਚ ਸੁੱਚੀ ਦਾੜੀ ਲੈ ਕੇ ਜਾਊਂਗਾ, ਮੁੱਕਰਨਾ ਨਹੀਂ ਹੈ। ਜਥੇਦਾਰ ਸਾਹਿਬ 'ਤੇ ਤਸ਼ੱਦਦ ਬੇਅੰਤ ਸਰਕਾਰ ਵੇਲੇ ਹੋਇਆ ਸੀ? ਹਾਂ, ਬੇਅੰਤ ਸਰਕਾਰ ਵੇਲੇ। ਅਤੇ ਬਾਦਲ ਸਰਕਾਰ ਆਈ ਉਦੋਂ ਇਨਸਾਫ਼ ਮਿਲਿਆ ਕੋਈ? ਨਾ, ਕੋਈ ਇਨਸਾਫ਼ ਨਹੀਂ। ਕੀ ਕਾਰਨ ਰਹੇ ਲੱਗਦਾ ਤੁਹਾਨੂੰ? ਕੀ ਕਹਿ ਸਕਦੇ ਹੁਣ, ਇਹ ਤਾਂ ਇਹਨਾਂ ਦੀਆਂ ਸਿਆਸੀ ਇਹਨੀਆਂ ਸਿਆਸਤ ਗੱਲਾਂ ਨੇ ਵੀ ਕਿਉਂ ਨਹੀਂ ਇਨਸਾਫ਼ ਦਿੱਤਾ। ਪਹਿਲੀ ਗੱਲ ਤਾਂ ਮੈਨੂੰ ਤਾਂ ਇਹ, ਹੁਣ ਕਈ ਬੰਦੇ ਆ ਕੇ ਦੱਸ ਜਾਂਦੇ ਆ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਦਮਦਮੀ ਟਕਸਾਲ ਦਾ ਕਬਜ਼ਾ ਨਹੀਂ ਹੋਣ ਦੇਣਾ ਚਾਹੁੰਦਾ, ਵੀ ਜੇ ਦਮਦਮੀ ਟਕਸਾਲ ਦੇ ਭਾਈ ਗੁਰਦੇਵ ਸਿੰਘ ਕਹੋਗੇ ਬਣੇ ਰਹੇ ਤਾਂ ਸਾਡੀ ਬੁਕਤ ਨਹੀਂ ਰਹਿਣੀ, ਜਿਸ ਤਰ੍ਹਾਂ ਅੱਜ ਹੋ ਰਿਹਾ। ਸਾਰੇ ਕਹਿੰਦੇ ਆ ਵੀ ਅਕਾਲ ਤਖ਼ਤ ਜਥੇਦਾਰ ਉਹਨਾਂ ਦੀਆਂ ਜੀਬਾਂ 'ਚੋਂ ਨਿਕਲਦੇ ਨੇ, ਲਿਫਾਫਿਆਂ 'ਚੋਂ ਨਿਕਲਦੇ ਨੇ, ਫਿਰ ਇਹ ਗੱਲ ਨਹੀਂ ਸੀ ਹੋਣੀ। ਦੂਜਾ, ਬਿਲਕੁਲ ਧੜਕ ਜੋੜੇ ਸੀ ਇਹ ਕੌਂਕੇ ਸਾਹਿਬ, ਭਾਈ ਗੁਰਦੇਵ ਸਿੰਘ ਕੌਂਕੇ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ, ਕਿਉਂਕਿ ਜਥੇਦਾਰ ਜਾਂ ਜਿਹੜੇ ਸਿੱਖ ਨੌਜਵਾਨ ਸੀ ਬਹੁਤ ਸਾਰੇ ਫੜੇ ਗਏ ਤਸ਼ੱਦਦ ਕਰਕੇ ਜਾਂ ਕੁਝ ਸਮਾਂ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ, ਜਥੇਦਾਰ ਸਾਹਿਬ ਨੂੰ ਹੀ ਕਿਉਂ ਜਿਹੜਾ ਸ਼ਹੀਦ ਕਰਨਾ ਪੁਲਿਸ ਮੁਲਾਜ਼ਮਾਂ ਦੀ ਮਜਬੂਰੀ ਬਣ ਗਈ ਉਸ ਵੇਲੇ ਦੀ? ਮਜਬੂਰੀ ਇਹ ਸੀ ਵੀ ਇੱਕ ਤਾਂ ਇਲਾਕੇ 'ਚ ਸਿਰ ਕੱਢ ਬੰਦੇ ਬਣ ਗਏ ਸੀ, ਇਹਨਾਂ ਕੋਲ ਲੋਕ ਆਉਂਦੇ ਸੀ ਇਨਸਾਫ਼ ਦੇ ਲਈ, ਅਤੇ ਨਾ ਤਾਂ ਬਾਦਲ ਸਾਹਿਬ ਨੂੰ ਗੁਆਰਾ ਸੀ ਇਹ ਚੀਜ਼ ਵੀ ਇਨਸਾਫ਼ ਲਈ, ਤਾਂ ਮੈਂ ਮੁੱਖ ਮੰਤਰੀ ਸੀ, ਮੇਰੇ ਕੋਲ ਆਉਣੇ ਚਾਹੀਦੇ ਆ, ਅਤੇ ਜਾਂਦੇ ਆ ਕੌਂਕੇ ਕੋਲ। ਸਵਰਨ ਸਿੰਘ ਕੋਟੇ ਨੂੰ ਇਹ ਸੀ, ਇਹਦੀ ਬਦਲੀ ਹੋ ਰਹੀ ਸੀ ਜਗਰਾਓਂ ਤੋਂ ਜਲੰਧਰ ਦੀ, ਇਹ ਬਦਲੀ ਤਾਂ ਕਮਾਉਣਾ ਚਾਹੁੰਦਾ ਸੀਗਾ, ਇਸੇ ਕਰਕੇ ਕਦਰ ਝੂਠਾ ਕਤਲ ਕੇਸ ਦਾ ਮੁਕੱਦਮਾ ਅਤੇ ਅਸਲੇ ਦਾ ਮੁਕੱਦਮਾ ਇਹਨਾਂ ਦੇ ਉੱਤੇ ਪਾਇਆ ਗਿਆ।
ਮੈਨੂੰ ਲੱਗਦਾ ਕਿ ਤੁਸੀਂ ਇੱਕੋ ਇੱਕ ਚਸ਼ਮਦੀਦ ਪੁਲਿਸ ਮੁਲਾਜ਼ਮ ਉਸ ਵੇਲੇ ਦੇ ਜਿਨ੍ਹਾਂ ਨੇ ਜਥੇਦਾਰ ਸਾਹਿਬ ਦੀ ਸ਼ਹੀਦੀ ਵੇਲੇ ਸਾਰਾ ਕੁਝ ਤਸ਼ੱਦਦ ਤੋਂ ਲੈ ਕੇ ਅੰਤਲੇ ਸਮੇਂ ਤੱਕ ਆਪਣੀਆਂ ਅੱਖਾਂ ਦੇ ਨਾਲ ਪੂਰਾ ਬਿਰਤਾਂਤ ਤੱਕਿਆ, ਅਜੇ ਤੱਕ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਡੇ ਨਾਲ ਕੋਈ ਮੁਲਾਕਾਤ ਕਰਕੇ ਕੋਈ ਗਵਾਹੀ ਜਾਂ ਕੋਈ ਕੇਸ ਨੂੰ ਲੈ ਕੇ ਕਦੇ ਕੋਈ ਮੁਲਾਕਾਤ ਕੀਤੀ, ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ? ਨਹੀਂ ਜੀ ਨਹੀਂ, ਬਿਲਕੁਲ ਵੀ। ਸਗੋਂ ਇੱਕ ਸ਼੍ਰੋਮਣੀ ਕਮੇਟੀ ਸਰਕਾਰ ਦਾ ਮੈਂਬਰ ਸੀ ਅਤੇ ਉਹ ਹੈ ਵੀ ਇਹਨਾਂ ਦੇ ਵਿਰੁੱਧ ਆ, ਆਪਣੇ ਧਾਮੀ ਧੂਮੀ ਵਰਗਿਆਂ ਦੇ ਵਿਰੁੱਧ ਸੀ ਉਹ। ਬਲਦੇਵ ਸਿੰਘ ਦੀ ਗੱਲ ਕਰਦੇ? ਨਹੀਂ, ਨਾਂ ਨਹੀਂ ਮਿਲਣ ਦਾ ਉਹਨਾਂ ਜੀ। ਉਹ ਮੈਨੂੰ ਮਿਲੇ, ਕਹਿੰਦੇ ਦਰਸ਼ਨ ਸਿੰਘ ਉਹ ਤਾਂ ਕਹਿੰਦੇ ਆ ਵੀ ਦਰਸ਼ਨ ਸਿੰਘ ਗਰੀਬ ਆਦਮੀ ਸੀ, ਪੈਸੇ ਦੀ ਖਾਤਰ ਉਹਨੇ ਬਿਆਨ ਦੇ ਦਿੱਤੇ। ਚਲੋ ਪੈਸੇ ਦੀ ਖਾਤਰ ਬਿਆਨ ਦੇ, ਭਜੋ ਮਾਨ ਤੂੰ ਮੈਂ ਆਪਣੇ ਆਪ ਅਤੇ ਪਰਿਵਾਰ ਨੂੰ ਯੋਗ ਬਣੇ ਵਿੱਚ ਵੀ ਪਾਇਆ। ਧਾਮੀ ਸਾਹਿਬ ਇਹ ਗੱਲਾਂ ਕਹਿੰਦੇ, ਮਤਲਬ ਕਿ ਇਸ ਆਪਣੇ ਸ਼੍ਰੋਮਣੀ ਕਮੇਟੀ ਪ੍ਰਬੰਧਕ ਜਿਹੜੇ ਆ ਨਾ ਇਹ ਸਾਰੇ ਉਹ ਕਹਿ ਰਹੇ ਨੇ, ਨਾਂ ਨਹੀਂ ਲਿਆ ਉਹਨਾਂ ਨੇ ਤੁਹਾਡੇ ਕੋਲ ਕਿਸੇ, ਨਾਂ ਨਹੀਂ ਲਿਆ, ਪਰ ਉਹ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਉਹਨਾਂ ਦੇ ਵਿੱਚੋਂ ਕੁਝ ਮੈਂਬਰ ਵੀ ਇਹ ਤਾਂ ਪੈਸੇ ਦਾ ਮਾਰਾ ਉੱਠ ਕੇ ਖੜਾ ਹੋ ਗਿਆ, ਇਹਦੀ ਕੀ ਔਕਾਤ ਸੀ, ਗਰੀਬ ਆਦਮੀ ਆ। ਪਰ ਇਹ ਨਹੀਂ ਸੋਚਿਆ, ਪੈਦਾ ਤਾਂ ਮੈਂ ਅੱਜ ਤੱਕ ਕਿਤੋਂ ਲਿਆ ਨਹੀਂ, 1972 ਦੀ ਬਿਲਡਿੰਗ ਆ ਮੇਰੀ ਇਹ, ਉਹ ਹਾਲ ਦੇਖ ਲਓ ਜਾ ਕੇ ਮੈਂ ਕਮਰੇ ਦਾ, ਛੱਤ ਡਿੱਗਣ ਵਾਲੀ ਆ, ਕੰਨਾਂ ਪਾਟੀਆਂ ਪਈਆਂ ਨੇ, ਜਦੋਂ ਕਿਤੇ ਹਿੰਮਤ ਪਈ ਖੜਾ ਕਰ ਲਵਾਂਗੇ, ਨਹੀਂ ਤਾਂ ਨਹੀਂ ਪਿਆਰ ਹੋਊਗਾ ਫਿਰ। ਅਜੇ ਤੱਕ ਬਾਹਰੋਂ ਹੀ ਵਿਦੇਸ਼ ਦੇ ਵਿੱਚ ਸੰਗਤ ਬਹੁਤ ਵੱਡੀ ਤਾਦਾਦ ਦੇ ਵਿੱਚ ਰਹਿੰਦੀ, ਕਿਸੇ ਨਾਲ ਕਦੇ ਕੋਈ ਸੰਪਰਕ ਨਹੀਂ ਹੋਇਆ ਇਸ ਗੱਲ ਨੂੰ ਲੈ ਕੇ? ਨਹੀਂ ਜੀ, ਪਹਿਲਾਂ ਆਪਣੇ ਜਯਾਰ ਸਿੰਘ ਆ ਇੰਗਲੈਂਡ ਦੇ ਵਿੱਚ, ਉਹਨਾਂ ਨੇ ਮੇਰੀ ਬੇਟੀ ਦੇ ਵਿਆਹ 'ਤੇ 10,000 ਰੁਪਈਆ ਭੇਜਿਆ ਸੀਗਾ, ਜਾਂ ਫਿਰ ਭਾਈ ਰਣਜੀਤ ਸਿੰਘ ਫਤਿਹਨਾਮਾ ਦੇ ਇੰਚਾਰਜ ਨੇ ਡੀਟਲਰ, ਉਦੋਂ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ, ਉਹ 10,000 ਰੁਪਈਆ ਦੇ ਕੇ ਗਏ ਸੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਸ ਵੇਲੇ ਤੁਹਾਡੇ? ਪਰਿਵਾਰ ਦੇ ਵਿੱਚ ਮੇਰੀ ਮਿਸਿਜ਼ ਆ, ਮੇਰਾ ਬੇਟਾ ਨੂੰਹ ਆ, ਪੋਤਾ ਪੋਤੀ ਆ, ਪੋਤੀ ਪੜ੍ਹਦੀ ਆ, ਅਤੇ ਪੋਤਾ ਲੁਧਿਆਣੇ ਕਿਸੇ ਹੋਟਲ ਹਾਟਲ ਵਿੱਚ ਨੌਕਰੀ ਕਰਦਾ, ਮੈਂ ਕਦੇ ਪੁੱਛਿਆ ਨਹੀਂ ਹੈ ਉਹਨੂੰ। ਅਤੇ ਬੇਟੇ ਦਾ ਕੀ ਕਾਰੋਬਾਰ ਹੈ ਜੀ? ਬੇਟਾ ਉੱਪਰ ਰੰਗ ਕਰਦਾ ਸੀਗਾ ਚਵਾਰੇ ਦੇ ਬਾਹਰਲੇ ਪਾਸੇ, ਉਹ ਕਿਤੇ ਥੱਕ ਗਿਆ ਹੋਣਾ, ਉੱਥੇ ਜਿਹੜਾ ਛੱਜਾ ਬਣਿਆ ਪਿਆ ਉਹਦੇ ਉੱਤੇ ਐਂ ਹੱਥ ਕਰਕੇ ਬੈਠ ਗਿਆ, ਅਤੇ ਉਹ ਲਿਬੜੇ ਸੀਗੇ ਪੇਂਟ ਨਾਲ ਹੱਥ, ਉਹ ਥੱਲੇ ਉਹਦੀ ਮਿਸਿਜ ਖੜ੍ਹੀ ਸੀਗੀ, ਉਹਨਾਂ ਨੂੰ ਕਹਿਣ ਲੱਗੇ ਵੀ ਪਾਣੀ ਤੱਤਾ ਹੋਇਆ ਪਿਆ ਅਤੇ ਤੁਸੀਂ ਆ ਕੇ ਨਹਾ ਲਓ। ਉਹ ਉੱਠਣ ਲੱਗੇ ਅਤੇ ਹੱਥ ਤਿਲਕ ਗਿਆ, ਇਹਦੇ ਨੂੰ ਪਿੱਠ ਸੀ ਵਿਹੜੇ ਬੰਨੀ, ਉਹ ਡਿੱਗ ਪਿਆ। ਡਿੱਗਣ ਨਾਲ ਉਹਨੇ ਬਾਹਾਂ ਵੀ ਕੀਤੀਆਂ ਉਹਦੀ ਮਿਸਿਜ ਨੇ, ਲੇਕਿਨ ਉਹ ਹੁਣ 80-85 ਸਾਲ ਭਾਰ ਦਾ ਮੁੰਡਾ, ਆਪਾਂ ਤਾਂ ਇੱਕ ਰੋੜ ਹੀ ਨਹੀਂ ਸਹਿ ਸਕਦੇ, ਉਹ ਤੋਂ ਡਿੱਗੀ ਹੋਵੇ, ਉਹ ਹਿਫਜ਼ ਬੋਨ ਟੁੱਟ ਗਈ ਸੀ ਉਹਨਾਂ ਦੀ, 4 ਉਂਗਲ ਦਾ ਫਰਕ ਪੈ ਗਿਆ ਸੀਗਾ। ਉਹ ਫਿਰ ਪਹਿਲਾਂ ਤਾਂ ਹੋਸਪਿਟਲ ਰਹੇ 15-20 ਦਿਨ ਜਿਗਰਾਉਣਾ, ਫਿਰ ਇੱਥੇ ਜਾਂਦੇ ਅਤੇ ਉਹਨਾਂ ਦੀ ਖਿੱਚ ਪਈ ਰਹੀ ਆ, ਉਹ ਨਾ ਤਾਂ ਗੋਡੇ ਮੋੜ ਰਹੇ ਆ, ਨਾ ਅੱਧਾ ਪੌਣਾ ਘੰਟਾ ਜਾਂ ਘੰਟਾ ਬਹਿ ਸਕਦਾ ਉਹ, ਬਸ ਇੱਕ ਤਾਂ ਜਾਣਾ ਆਉਣਾ ਵੀ ਆ। ਉਹਨੇ ਸਕੂਟਰੀ ਲੈ ਗਈ ਸੀ ਕਿਸ਼ਤਾਂ 'ਤੇ, ਚਲੋ ਕਿਸ਼ਤਾਂ ਮੈਂ ਭਰਤੀਆਂ ਭਾਈ, ਔਖੇ ਸਿਖਾਲੇ ਨੇ, ਹੋਰ ਤਾਂ ਕੋਈ ਸੋਰਸ ਹੈ ਨਹੀਂ, 1.25 ਕਿੱਲਾ ਪੈ ਜਾਂਦਾ ਮੇਰੇ ਕੋਲ ਜਾਂ ਪੈਨਸ਼ਨ ਆ। ਬੱਚਾ ਸੱਟ ਕਰਨ ਅੰਗਹੀਣ ਹੋ ਗਿਆ? ਹਾਂ, ਆਹ ਪਰਿਵਾਰ ਆ ਮੇਰਾ, ਮੇਰੇ ਅਕਾਊਂਟ ਦੇ ਵਿੱਚ 7,000 ਅਤੇ ਕੁਛ ਰੁਪਏ ਕੀ ਆ ਇਸ ਟਾਈਮ 'ਤੇ, ਚੈੱਕ ਕਰ ਸਕਦੇ ਹੋ। ਸਿੱਖ ਸੰਗਤ ਨੂੰ ਅਪੀਲ ਕੋਈ ਤੁਹਾਡੇ ਵੱਲੋਂ? ਹੈਂ, ਸਿੱਖ ਸੰਗਤ ਨੂੰ ਅਪੀਲ ਕੋਈ ਤੁਹਾਡੇ ਵੱਲੋਂ? ਅਪੀਲ ਤਾਂ ਵੀਰੇ ਇਹੀ ਆ ਵੀ ਮੈਨੂੰ ਖੁਸ਼ੀ ਮਹਿਸੂਸ ਹੋਊਗੀ ਜਿਸ ਦਿਨ ਭਾਈ ਗੁਰਦੇਵ ਸਿੰਘ ਕੌਂਕੇ ਜਿੱਥੇ ਜਾ ਸ੍ਰੀ ਅਕਾਲ ਤਖ਼ਤ ਦੇ ਕਾਤਲਾਂ ਨੂੰ ਸਜ਼ਾ ਮਿਲੂਗੀ। ਬਾਕੀ ਤਾਂ ਚੱਲੀ ਜਾਂਦਾ ਦੁਨਿਆਵੀ ਕੰਮ, ਆਸ ਹੈਗੀ ਹੈ ਨੇੜੇ ਆ ਕੋਈ ਸਜ਼ਾ ਮਿਲਦੇ ਕੋਈ ਉਹਨਾਂ ਦੋਸ਼ੀਆਂ ਨੂੰ? ਆਸ ਤਾਂ ਹੁਣ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਉਹਦੇ ਜਿੱਥੇ ਸਾਡੇ ਹੱਥ ਵੱਸ ਆ, ਉਹ ਕੀ ਕਰਨਗੇ ਕੀ ਨਹੀਂ ਕਰਨਗੇ ਨਿਆਂ ਪ੍ਰਣਾਲੀ 'ਤੇ? ਹਾਂ, ਨਿਆਂ ਪ੍ਰਣਾਲੀ 'ਤੇ ਤਾਂ ਹੈ, ਹੁਣ ਪਹਿਲਾਂ ਵਾਲਾ ਸਮਾਂ ਨਹੀਂ ਹੈ। ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ, ਜਾਣਕਾਰੀ ਲੈਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਸਵਰਨ ਸਿੰਘ ਘੋਟਨੇ ਦਾ ਪੁਲਿਸ ਆਫਿਸਰ ਦੇ ਰੂਪ ਦੇ ਵਿੱਚ ਇੱਕ ਉਹ ਵੀ ਰੂਪ ਸੀ ਜਦੋਂ ਉਹ ਅੱਤ ਦੇ ਜਿਹੜਾ ਸੀ ਇੱਕ ਆਫਿਸਰ ਮੰਨੇ ਜਾਂਦੇ ਸੀ ਜਲਾਦਾਂ ਵਾਂਗੂ ਜਥੇਦਾਰ ਸਾਹਿਬ ਦੇ ਉੱਪਰ ਉਹਨਾਂ ਨੇ ਤਸ਼ੱਦਦ ਕੀਤਾ, ਇੱਕ ਉਹ ਵੀ ਰੂਪ ਆਇਆ ਜਦੋਂ ਤੁਹਾਡੇ ਸਾਹਮਣੇ ਹੱਥ ਅੱਡ ਦੇ ਦੇਖੇ ਗਏ, ਅੱਖਾਂ ਵਿੱਚੋਂ ਹੰਝੂ ਅੱਖਾਂ ਸੁੱਜੀਆਂ ਨਜ਼ਰ ਆਈਆਂ ਕਿ
ਮੈਨੂੰ ਮਾਫ਼ ਕਰ ਦਿਓ, ਮੈਂ ਜੇਲ੍ਹ ਦੇ ਵਿੱਚ ਨਹੀਂ ਬੁੱਢੇ ਬਾਰੇ ਜਾਣਾ ਚਾਹੁੰਦਾ। ਅਤੇ ਜਿਹੜੇ ਹੋਰ ਦੂਜੇ ਪੁਲਿਸ ਔਫਿਸਰ ਸੀ ਜਿਨ੍ਹਾਂ ਨੇ ਜਥੇਦਾਰ ਸਾਹਿਬ ਦੇ ਉੱਪਰ ਜਾਂ ਨੌਜਵਾਨਾਂ ਦੇ ਉੱਪਰ ਤਸ਼ੱਦਦ ਕੀਤਾ, ਉਹਨਾਂ ਦੇ ਵਿੱਚੋਂ ਕਿਸੇ ਦਾ ਤੁਸੀਂ ਹਾਲ ਦੇਖਿਆ ਆਪਣੀਆਂ ਅੱਖਾਂ ਦੇ ਨਾਲ? ਨਹੀਂ, ਅਖਬਾਰੀ ਗੱਲ ਸੁਣੀ ਆ, ਅਖਬਾਰ ਦੇ ਵਿੱਚ ਜੋ ਆਇਆ, ਹਰਭਗਵਾਨ ਸਿੰਘ ਸੋਢੀ ਦਾ ਐਕਸੀਡੈਂਟ ਹੋਇਆ, ਕਹਿੰਦੇ ਸਿਆਲ ਦੀ ਰੁੱਤ ਸੀ, ਧੁੰਦ ਪਈ ਵੀ ਸੀਗੀ, ਅਤੇ ਸਾਰੀ ਰਾਤ ਉਹਦੀ ਡੈੱਡ ਬੋਡੀ ਕਹਿੰਦੇ ਉਵੇਂ ਹੀ ਪਈ ਰਹੀ ਆ। ਅਤੇ ਦੂਜਾ ਸਵਰਨ ਸਿੰਘ, ਇਹ ਤਾਂ ਕਹਿੰਦੇ ਮਤਲਬ ਕਿ ਚੱਡੇ ਗਲ ਗੋਲ ਗਏ ਸੀਗੇ, ਭਈਆ ਜਾਂ ਨੇਪਾਲੀ ਨੌਕਰ ਰੱਖਿਆ ਹੋਇਆ ਸੀਗਾ, ਅਤੇ ਇਹਨੇ ਕਿਸੇ ਨੇ ਅਰਦਾਸ ਵੀ ਨਹੀਂ ਕੀਤੀ, ਭੋਗ ਨਹੀਂ ਪੈਣ ਦਿੱਤਾ ਸਿੱਖਾਂ ਨੇ। ਇਹ ਆ, ਹੋਰ ਤਾਂ ਬਾਕੀ ਤਾਂ ਸਾਰੇ ਜਿਉਂਦੇ ਨੇ। ਇੰਸਪੈਕਟਰ ਗੁਰਮੀਤ ਸਿੰਘ SSP ਬਣ ਗਿਆ ਸੀ ਮੇਰਾ ਹਾਲ, SSP ਕਮਲਜੀਤ, ਅਤੇ SI ਚੰਨਣ ਸਿੰਘ ਵੀ ਸ਼ਾਇਦ ਜਿਉਂਦਾ, SI ਹਰਬੰਸ ਸਿੰਘ, ਅਤੇ SSP ਸਰਾਂ ਹਰਨੇਕ ਸਿੰਘ ਸਰਾਂ, ਇਹ ਤਾਂ ਸ਼ਾਇਦ ਬੁੱਢਾ ਹੋ ਗਿਆ ਉਹਨਾਂ ਨੂੰ, ਕਿਉਂ ਉਦੋਂ ਇਹ 60 ਸਾਲ ਦੇ ਹੋਣੇ ਆ, ਅਤੇ ਆ ਨਾਲੋਂ ਵੀ ਕਿੰਨਾ ਚਿਰ ਹੋ ਗਿਆ, ਬਿਲਕੁਲ ਹੈਗੇ ਆ ਜਾਂ ਚਲੇ ਗਏ ਦੁਨੀਆਂ ਤੋਂ, ਇਹ ਨਹੀਂ ਕੋਈ ਪਤਾ। ਬਿਲਕੁਲ, ਆ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਉੱਪਰ ਜੋ ਅਣਮਨੁੱਖੀ ਤਸ਼ੱਦਦ ਹੋਇਆ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਕੂ ਕੂ ਕੇ ਸ਼ਹੀਦ ਕੀਤਾ ਜਾਂਦਾ ਅੰਤਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ, ਅਤੇ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਉਸ ਵਕਤ ਦੇ ਪੁਲਿਸ ਮੁਲਾਜ਼ਮ ਚਸ਼ਮਦੀਦ ਗਵਾਹ ਸਰਦਾਰ ਦਰਸ਼ਨ ਸਿੰਘ ਹਠੂਰ ਦੇ ਨਾਲ। ਉਹਨਾਂ ਨੇ ਦੱਸਿਆ ਕਿ ਕਿਹੜੇ ਕਿਹੜੇ ਲੋਕਾਂ ਨੇ ਕਿਹੜੇ ਕਿਹੜੇ ਜ਼ੁਲਮ ਕੀਤੇ, ਔਰ ਅੰਤ ਵੇਲੇ ਕਿਤੇ ਨਾ ਕਿਤੇ ਉਹ ਵੀ ਆਪਣੇ ਪਾਪਾਂ ਦੇ ਉੱਪਰ ਕੀਤੇ ਹੋਏ ਜ਼ੁਲਮਾਂ ਦੇ ਉੱਪਰ ਪਛਤਾਉਂਦੇ ਨਜ਼ਰ ਆਏ। ਅਤੇ ਇੱਕ ਚੀਜ਼ ਇਹ ਦੇਖਣ ਵਾਲੀ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਨਿਆਂ ਪ੍ਰਣਾਲੀ ਦੇ ਤਹਿਤ ਇੱਕ ਫਾਈਟ ਕੀਤੀ ਜਾ ਰਹੀ ਹੈ, ਲੜਾਈ ਲੜੀ ਜਾ ਰਹੀ ਹੈ, ਉਹਦੇ ਵਿੱਚ ਕਿੰਨਾ ਕੁ ਇਨਸਾਫ ਮਿਲਣਾ ਬਾਕੀ ਹੈ, ਉਹ ਇਨਸਾਫ ਕਦੋਂ ਤੱਕ ਮਿਲ ਪਾਉਂਦਾ ਹੈ, ਅਤੇ ਇਹ ਵੀ ਭਵਿੱਖ ਦੇ ਉੱਪਰ ਮੁਅੱਸਰ ਕਰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਰਹਾਂਗੇ ਜਿਨ੍ਹਾਂ ਨੇ ਪੰਜਾਬ ਵਾਸਤੇ, ਪੰਥ ਵਾਸਤੇ, ਆਪਣੇ ਤਨ ਦੇ ਉੱਪਰ ਬਹੁਤ ਸਾਰੀਆਂ ਉਹਨਾਂ ਬਿਪਤਾਂ ਨੂੰ ਸਹਿਆ ਹੈ। ਅਤੇ ਅੰਤ ਦੇ ਵਿੱਚ ਤੁਹਾਨੂੰ ਵੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਭਾਈ ਦਰਸ਼ਨ ਸਿੰਘ ਦੇ ਨਾਲ ਜਾਂ ਹੋਰ ਤਮਾਮ ਸਾਰੀਆਂ ਗੱਲਬਾਤ ਕਰਦਿਆਂ ਹੋਇਆਂ ਕੋਈ ਅਜਿਹੇ ਸਵਾਲ ਜੋ ਅਸੀਂ ਸਵਾਲ ਕਰਨ ਤੋਂ ਰਹਿ ਗਏ ਹੋਈਏ, ਜਵਾਬ ਲੈਣ ਤੋਂ ਰਹਿ ਗਏ ਹੋਈਏ, ਅਤੇ ਉਹ ਅਗਲੀ ਗੱਲਬਾਤ ਦੇ ਦਰਮਿਆਨ ਬਹੁਤ ਸਾਰੀਆਂ ਤਮਾਮ ਸ਼ਖਸੀਅਤਾਂ ਦੇ ਕੋਲੋਂ ਜਾਂ ਸਰਦਾਰ ਦਰਸ਼ਨ ਸਿੰਘ ਹੋਣਾਂ ਦੇ ਨਾਲ ਫਿਰ ਗੱਲਬਾਤ ਕਰਕੇ ਇਹਨਾਂ ਤੋਂ ਜਵਾਬ ਲੈ ਸਕੀਏ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੁਹਾਡੇ ਸੁਝਾਵਾਂ ਦੀ ਉਡੀਕ ਜ਼ਰੂਰ ਰਹੇਗੀ, ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।